5 ਕਰੋੜ ਰੁਪਇਆ ਕਿੱਥੇ ਰੱਖਿਆ ਜਿਹੜਾ ਉੱਥੋਂ ਲੈ ਕੇ ਇੱਕ ਬੱਚੀ ਦੇ ਨਾਲ ਕੁੜੀ ਨਾਲ ਤੁਹਾਡੇ ਸਬੰਧ ਸੀ ਔਰ ਉਹ ਪ੍ਰੈਗਨੈਂਟ ਤੱਕ ਕੋਈ ਜਿਹਨੇ 650 ਗ੍ਰਾਮ ਦੀਆਂ ਖੜਾਵਾਂ ਭੇਟ ਕੀਤੀਆਂ ਜੀ ਹਾਂ ਜੀ ਤੁਸੀਂ ਆਪਣੇ ਕੋਲ ਰੱਖੇ ਹੋਏ ਸੀ ਹਾਂ ਮੇਰੇ ਤੁਸੀਂ ਕਿਸ ਅਧਿਕਾਰ ਨਾਲ ਰੱਖੇ ਆਪਣੇ ਕੋਲ ਦੇ ਤੁਸੀਂ ਆਪਣੇ ਕੋਲ ਰੱਖੀ ਬਿਲਕੁਲ ਮਿਰਕਾਲ 4 ਕੁ ਮਹੀਨੇ ਰਿਹਾ ਜੇ ਇਹ ਵਿਵਾਦ ਨਾ ਹੁੰਦਾ ਤਾਂ ਸ਼ਾਇਦ ਅੱਜ ਵੀ ਤੁਹਾਡੇ ਕੋਲੇ ਹੁੰਦੇ ਹੋ ਪਰ ਫੂਟਾ ਐਸੀ ਕਿ ਤੁਸੀਂ ਉੱਥੇ ਦੋਸ਼ਾ ਕਰਨੇ ਜਮਾ ਕਰਾਉਂਦੇ ਮੈਂ ਖੁਦ ਕਪ੍ਰੀਡੈਂਟ ਨੂੰ ਤੁਹਾਨੂੰ ਕੱਪ ਤੁਸੀਂ ਕਹਿ ਰਹੇ ਹੋ ਕਿ ਪੰਜ ਪਿਆਰੇ ਤੁਹਾਨੂੰ ਬੁਲਾਉਣ ਦੇ ਹੱਕਦਾਰ ਨਹੀਂ ਹੈ ਜੀ ਪੰਜ ਪਿਆਰੇ ਉਸ ਹੁਕਮਨਾਮੇ ਮੁਤਾਬਕ ਤਾਂ ਨਹੀਂ ਬੁਲਾ ਸਕਦੇ ਜਿਹੜਾ ਜੇ ਕੋਈ ਥਾਪਿਆ ਗਿਆ ਤਖਸਾਲ ਦਾ ਤਾਂ ਸੁਪਰੀਮ ਹੋ ਗਿਆ ਉਹਨੂੰ ਕੋਈ ਸਵਾਲ ਨਹੀਂ ਹੋ ਸਕਦਾ ਕਹਿੰਦੇ ਅਮਰੀਕਾ ਚ ਜੱਥੇਦਾਰ ਜੀ ਨੂੰ ਨਹੀਂ ਵੜਨ ਦਿੰਦੇ ਉਹ ਕਹਿੰਦੇ ਉੱਥੇ ਵੜ ਕੇ ਦਿਖਾਉਣ ਅਸੀਂ ਸਾਰੇ ਅੰਗਾਮ ਮੈਂ ਅਮਰੀਕਾ ਮੇਰਾ ਘਰ ਹੈਗਾ ਕਾਨਪੁਰ ਚ ਕਹਿੰਦੇ ਕਿ ਛੋਟੀਆਂ ਬੱਚੀਆਂ ਤੋਂ ਕਚਹਿਰੇ ਧਵਾਉਂਦੇ ਰਹੀ ਐ ਇਹ ਦੋਸ਼ ਤੁਹਾਡੇ ਤੇ ਲਾਇਆ 7 ਲੱਖ ਰੁਪਿਆ ਇੱਕ ਕਿਰਪਾਨ ਜਿਹੜੀ ਆਉਂਦੀ ਐ ਉਹ ਸਿੰਘ ਸਾਹਿਬ ਕਿੱਥੇ ਜਾਂਦੀ ਐ ਬਈ ਉਹ ਕਿੱਥੋਂ ਆਈ ਐ ਕੌਣ ਲਿਆਇਆ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਅਸੀਂ ਉਹ ਬੋਲਦੇ ਉਹ ਤਾਂ ਕਹਿੰਦੇ ਬਣਵਾਈ ਤੁਸੀਂ ਕੈਸ਼ ਦਿੱਤਾ ਗਿਆ ਤੇ ਬਣਵਾਈ ਤੁਸੀਂ ਉਹ ਤੁਹਾਡੀ ਨਜ਼ਰ ਚ ਸੀ ਤੁਸੀਂ ਬਕਾਇਦਾ ਪਰਚੀ ਪੜ੍ਹਦੇ ਹੋ ਅਰਦਾਸ ਕਰਦੇ ਹੋ ਸੰਗਤ ਨੂੰ ਦੱਸਦੇ ਹੋ ਵੀ ਆਹ ਚੀਜ਼ਾਂ ਆਈਆਂ ਬਿਨਾਂ ਤਸਦੀਕ ਕੀਤੇ ਤੁਸੀਂ ਪੜ੍ਹਤੀ ਹੋ ਜੀ ਬਣੀ ਕਿਸੇ ਨੂੰ ਕਹਿੰਦੇ ਵੀ ਤੂੰ ਗੋਲਪ ਚ 1000 ਰੁਪਏ ਪਾ ਰਿਹਾ ਹੈ ਤਾਂ ਪਹਿਲਾਂ ਸਾਨੂੰ ਚੈੱਕ ਕਰਾ ਨਕਲੀ ਹੈ ਕਿ ਅਸਲੀ ਹੈ ਸਦਾ ਇਹ ਫਰਜ਼ੀ ਬਣ ਪਰ ਹਰ ਬੰਦੇ ਦੀ ਤਾਂ ਤੁਸੀਂ ਅਰਦਾਸ ਵੀ ਨਹੀਂ ਕਰਦੇ ਹੋ ਹੋਰ ਵੀ ਸੰਗਤਾਂ ਨੇ ਸੋਨਾ ਭੇਟ ਕੀਤਾ ਹੋਣਾ ਦਰਬਾਰ ਸਾਹਿਬ ਸੋਨਾ ਭੇਟ ਹੁੰਦਾ ਕਦੇ ਇਹੋ ਜਿਹਾ ਵਿਵਾਦ ਕਿਉਂ ਨਹੀਂ ਆਇਆ ਜੀ ਇਸ ਬਾਰੇ ਮੈਂ ਨਹੀਂ ਕਹਿ ਸਕਦਾ ਹਾਲਤ ਆਇਆ ਜੱਥੇਦਾਰ ਜੀ ਕਦੇ ਮਨ ਕਦੇ ਸੰਗਤ ਮਾਇਆ ਦੇ ਕੇ ਜਾਂਦੀ ਹੈ ਸੋਨਾ ਭੇਟ ਕਰਦੀ ਹੈ ਜੇ ਲੋਈਆਂ ਦੀ ਗੱਲ ਆਈ ਹੈ ਕਦੇ ਤੁਹਾਡੇ ਜ਼ਹਿਨ 'ਚ ਆਇਆ ਕਿ ਮੈਂ ਆਪਣੇ ਖਾਤਰ ਬਣਾਵਾਂ ਚੀਜ਼ਾਂ ਜੱਥੇਦਾਰ ਜੀ ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੰਟਰਵਿਊ ਦੇ ਰਹੇ ਹੋ ਕਿ ਸਖ ਸਬਾਨਾਂ ਦੇ ਜੱਥੇਦਾਰਾਂ ਨੂੰ ਕਿਤੇ ਮਾਇਆ ਪੇਟਾ ਅੱਗੇ ਵੀ ਦੇਣੀ ਪੈਂਦੀ ਹੈ ਅੱਗੇ ਕਿਤੇ ਕਿਸੇ ਹੋਰ ਨੂੰ ਕਮੇਟੀ ਨੂੰ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਤਿਆਰ ਕੀਤਾ ਇਹਨਾਂ ਤਿੰਨ ਬੰਦਿਆਂ ਦੇ ਨਾਮ ਲੈ ਕੇ ਕਿਹਾ ਵੀ ਇਹਨਾਂ ਨੂੰ ਚੁਕਾ ਦੇ ਉਹਨਾਂ ਨੂੰ ਖਤਮ ਕਰ ਦੇ ਇਹਨਾਂ ਨੂੰ ਸਸਪੈਂਡ ਕਰ ਦੇ ਇਹ ਕਿਹਨੇ ਕਿਹਾ ਫਾਨੂੰ ਛਟਕਾ ਦੇ ਆਪਣਾ ਗੁਰਵਿੰਦਰ ਸਿੰਘ ਸਮਰਾ ਸਕਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਤਨਖਈਆ ਕਰਾਰ ਹੋਏ ਜਥੇਦਾਰ ਰਣਜੀਤ ਸਿੰਘ ਗੌਰੇ ਮਸਕੀਨ ਸਾਹਿਬ ਅੱਜ ਸਾਡੇ ਨਾਲ ਨੇ ਬਹੁਤ ਸਾਰੇ ਸਵਾਲ ਨੇ ਸਿੱਧਾ ਸਵਾਲਾਂ ਤੇ ਆਉਣਾ ਬਹੁਤੀ ਭੂਮਿਕਾ ਬੰਨਣ ਦੀ ਲੋੜ ਨਹੀਂ ਜਥੇਦਾਰ ਜੀ ਸਵਾਗਤ ਹੈ ਔਨਅਰ ਦੇ ਉੱਤੇ ਤੁਹਾਡਾ ਬਾਹਰ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪੰਜ ਕਰੋੜ ਰੁਪਇਆ ਕਿੱਥੇ ਰੱਖਿਆ ਜਿਹੜਾ ਉੱਥੋਂ ਲੈ ਕੇ ਆਏ ਜੇ ਕਿਸੇ ਦਿੱਤਾ ਹੋਵੇ ਤਾਂ ਰੱਖਿਆ ਹੋਵੇ ਤਨਖਈਆ ਕਰਾਰ ਹੋ ਗਏ ਐਡੇ ਵੱਡੇ ਫੈਸਲੇ ਆਏ ਹੁਕਮਨਾਮਾ ਕਿਸੇ ਗਲਤੀ ਆਇਆ ਇਹ ਤਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਮੈਨੂੰ ਮੇਰਾ ਤਾਂ ਪੱਖੋਂ ਨਾਲਿਆ ਹੀ ਨਹੀਂ ਮੈਨੂੰ ਤਾਂ ਸੁਣਿਆ ਹੀ ਨਹੀਂ ਜਿਹੜਾ ਬੰਦਾ ਉੱਥੇ ਗਿਆ ਨਹੀਂ ਉਹਦੇ 8 ਘੰਟੇ ਉਹਦੇ ਮੁੰਡੇ ਨਾਲ ਬੈਠੇ ਰਹੇ ਅੰਦਰ ਮੈਨੂੰ ਕਿਹਾ ਸੀ ਤੁਹਾਨੂੰ ਹੁਣੇ ਬੁਲਾਉਣੇ ਆ 1 ਘੰਟੇ 2 ਘੰਟੇ ਮੈਨੂੰ ਕਿਸੇ ਬੁਲਾਇਆ ਨਹੀਂ ਮੈਂ ਗਿਆ ਨਹੀਂ ਹੂੰ ਉਹ ਬੰਦਾ ਖੁਦ ਆਇਆ ਵੀ ਨਹੀਂ ਤੇ ਮੈਨੂੰ ਉੱਥੇ ਬੈਠੇ ਨੂੰ ਉੱਥੇ ਖੜੇ ਨੂੰ ਮੈਨੂੰ ਬੁਲਾਇਆ ਹੀ ਨਹੀਂ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਮੇਰਾ ਪੱਖ ਹੀ ਨਹੀਂ ਸੁਣਿਆ ਐਸੇ ਕਰਕੇ ਤਾਂ ਕਿਹਾ ਮੈਂ ਕਿ ਮੈਂ ਇਹ ਹੁਕਮਨਾਮਾ ਮੰਨਣ ਦਾ ਪਾਬੰਦ ਨਹੀਂ ਨਹੀਂ ਮੰਨਦੇ ਤੁਸੀਂ ਕਿਸ ਤਰ੍ਹਾਂ ਮੰਨੀ ਹੈ ਜਦ ਨਿਆਂ ਹੀ ਨਹੀਂ ਹੈਗਾ ਕੀ ਇਹਦੇ ਚ ਜਥੇਦਾਰ ਕਾਲ ਤਖਤ ਨੂੰ ਇੰਟਰਵਿਨ ਕਰਨਾ ਚਾਹੀਦਾ ਸੀ ਤੁਸੀਂ ਅਪਰੋਚ ਕੀਤੀ ਉਹਨਾਂ ਨੂੰ ਉਹਨਾਂ ਨੂੰ ਮੈਂ ਲਿਖਿਆ ਹੋਇਆ ਤਕਰੀਬਨ ਲਗਭਗ ਮੇਰਾ ਖਿਆਲ 11 ਅ 11 ਅਗਸਤ ਦਾ ਹੀ ਉਹਨਾਂ ਨੂੰ ਲਿਖਿਆ ਹੋਇਆ 12 ਨੂੰ ਉਹਨਾਂ ਨੂੰ ਮੇਲ ਹੋ ਗਿਆ ਸੀ ਹਮ ਪਰ ਅਜੇ ਤੱਕ ਉਹਨਾਂ ਦਾ ਕੋਈ ਜਵਾਬ ਬੜੀ ਵੱਡੀ ਗੱਲ ਹੋ ਗਈ ਉਹ ਬੋਲੇ ਨਹੀਂ ਇੱਕ ਸ਼ਬਦ ਤੱਕ ਨਹੀਂ ਆਇਆ ਉਹ ਮੈਂ ਅਜੇ ਤੱਕ ਨਹੀਂ ਉਹਨਾਂ ਦਾ ਕੋਈ ਆਇਆ ਤਾਂ ਕੌਮੀ ਮਸਲੇ ਕਦੇ ਚਰਚਾ ਕਰਨਾਸਤੇ ਵੀ ਇੱਕ ਦੂਜੇ ਨਾਲ ਫੋਨ ਤੇ ਗੱਲ ਨਹੀਂ ਕਰਦੇ ਤੁਸੀਂ ਨਹੀਂ ਜਦ ਕੋਈ ਗੱਲ ਹੁੰਦੀ ਹੈ ਤਾਂ ਗੱਲਬਾਤ ਤਾਂ ਹੁੰਦੀ ਹੈ ਸਿੱਧਾ ਰਾਬਤਾ ਕਦੇ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਦਾ ਨੰਬਰ ਤੁਹਾਡੇ ਕੋਲੇ ਸੇਵ ਹੋਵੇ ਤੁਹਾਡੇ ਕੋਲੇ ਨੰਬਰ ਹੈ ਨੰਬਰ ਹੈ ਨੰਬਰ ਹੈ ਗੱਲਬਾਤ ਹੁੰਦੀ ਹੈ ਅਕਸਰ ਹੁੰਦੀ ਹੈ ਪਰ ਇਹਨਾਂ ਦਿਨਾਂ ਵਿੱਚ ਗੱਲਬਾਤ ਨਹੀਂ ਕੋਈ ਹੋ ਸਕੀ ਉਹਦਾ ਕਾਰਨ ਨਹੀਂ ਦੱਸਿਆ ਗਿਆ ਉਹਨਾਂ ਦੇ ਜਿਹੜੇ ਸਹਾਇਕ ਨੇ ਵੀ ਉਹ ਇੰਡੀਆ 'ਚ ਨਹੀਂ ਹੈਗੇ 3 ਮਹੀਨੇ ਤੋਂ ਵੱਧ ਇਹ ਚੱਲਦਾ ਰਿਹਾ ਰੌਲਾ ਇੰਟਰਵਿਊ ਸਮਰਾ ਸਾਹਿਬ ਦੀਆਂ ਆਉਂਦੀਆਂ ਰਹੀਆਂ ਕਦੇ ਨਹੀਂ ਹੋਇਆ ਕਿ ਤੁਹਾਨੂੰ ਕਦੇ ਉਹਨਾਂ ਦਾ ਕਟਸੀ ਤੋਂ ਹੀ ਕਾਲ ਆ ਜਾਂਦੀ ਹੈ ਕਿ ਜਥੇਦਾਰ ਜੀ ਇਹ ਚੱਲ ਕੀ ਰਿਹਾ ਹੈ ਹਾਂ ਨਹੀਂ ਕਦੇ ਨਹੀਂ ਆਈ ਇਸ ਤਰ੍ਹਾਂ ਦੀ ਕਾਲ ਨਹੀਂ ਆਈ ਇਹ ਅਜੀਬ ਗੱਲ ਨਹੀਂ ਜਾਂ ਫਿਰ ਤੁਹਾਡੇ ਵਾਸਤੇ ਨਾਰਮਲ ਹੈ ਕਿ ਤੁਸੀਂ ਜਿੰਨੇ ਜਥੇਦਾਰ ਨੇ ਤਖਸਾਲਬਾਨਾਂ ਦੇ ਆਪਸ ਵਿੱਚ ਇਦਾਂ ਗੱਲ ਹੀ ਨਹੀਂ ਕਰਦੇ ਨਹੀਂ ਗੱਲ ਕਰਦੇ ਰਹੇ ਆ ਬਿਲਕੁਲ ਗੱਲ ਹਰ ਮਸਲੇ ਤੇ ਹੁੰਦੀ ਰਹੀ ਹੈ ਹਾਲਚਾਲ ਵੀ ਪੁੱਛਦੇ ਰਹੇ ਆ ਪਰ ਇਸ ਮਸਲੇ ਤੇ ਕੋਈ ਗੱਲ ਨਹੀਂ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਅਸੀਂ ਪਹਿਲਾਂ ਵੀ ਜਦ ਉਹਦੇ ਤਖਤ ਸਾਹ ਦੇ ਪੰਜ ਪਿਆਰਿਆਂ ਨੇ ਜਦ ਸਾਨੂੰ ਕਿਹਾ ਸੀ ਵੀ ਤੁਸੀਂ ਏਦਾਂ ਏਦਾਂ ਪੇਸ਼ ਹੋ ਤੇ ਅਸੀਂ ਉਹਦੇ ਬਾਰੇ ਵੀ ਉਹਨਾਂ ਨੂੰ ਲੈਟਰ ਲਿਖਿਆ ਸੀ ਹੂੰ ਕਿ ਇਹ ਸਿਧਾਂਤ ਦੇ ਖਿਲਾਫ ਹੋਏਗਾ ਕਿ ਤਖਤ ਸਾਹਿਬ ਦੇ ਜਥੇਦਾਰ ਨੂੰ ਕਾਇਮ ਮੁਕਾਮ ਜਥੇਦਾਰ ਨੂੰ ਅਗਰ ਪੰਜ ਪਿਆਰੇ ਬੁਲਾਉਂਦੇ ਨੇ ਤਾਂ ਇਹ ਸਿਧਾਂਤਾਂ ਦੇ ਖਿਲਾਫ ਹੋਏਗਾ ਕਿਉਂਕਿ 22 ਅਕਤੂਬਰ 2015 ਨੂੰ ਤਖਤ ਪਟਨਾ ਸਾਹਿਬ ਦਾ ਆਪਣਾ ਹੀ ਹੁਕੂਮਨਾਮਾ ਜਿਹਦੇ ਵਿੱਚ ਹੋਣ ਵਾਲੇ ਤਿੰਨ ਸਿੰਘਾਂ ਦੇ ਸਾਈਨ ਵੀ ਨੇ ਜਿਦੇ ਚ ਉਹਨਾਂ ਲਿਖਿਆ ਵੀ ਜੱਥੇਦਾਰਾਂ ਨੂੰ ਬੁਲਾਉਣਾ ਜਿਹੜਾ ਹੈਗਾ ਉਹ ਜਦੋਂ ਰਾਮ ਰਹੀਮ ਵਾਲਾ ਮਸਲਾ ਆਇਆ ਸੋ ਉਹਦੇ ਚ ਪੰਜ ਪਿਆਰੇ ਅਕਾਲ ਤਖਤ ਸਾਹਿਬ ਦੇ ਜਿਹੜੇ ਸਨ ਉਹਨਾਂ ਨੇ ਜੱਥੇਦਾਰ ਸਾਹਿਬ ਤੋਂ ਸਪਸ਼ਟੀਕਰਨ ਮੰਗਿਆ ਸੀ ਉਹਦੇ ਬਾਰੇ ਖੁਦ ਤਖਤ ਪਟਨਾ ਸਾਹਿਬ ਦਾ ਹੁਕਮਨਾਮਾ ਜਿਹਦੀ ਡੇਟ 22 ਅਕਤੂਬਰ 2115 ਹੈ ਤੇ ਉਹਦਾ ਹੁਕਮਨਾਮੇ ਦਾ ਨੰਬਰ H13 ਹੈ ਹੂੰ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਵੀ ਪੰਜ ਪਿਆਰਿਆਂ ਵੱਲੋਂ ਜੱਥੇਦਾਰਾਂ ਨੂੰ ਬੁਲਾਉਣਾ ਇੱਕ ਆਪੋਤਾਪੀ ਵਾਲਾ ਫੈਸਲਾ ਹੈ ਪੰਥ ਵਿੱਚ ਇਹ ਨਵਾਂ ਬਖੇੜਾ ਕਰੇਗਾ ਨਵਾਂ ਬਖੀੜਾ ਪੈਦਾ ਕਰੇਗਾ ਇਸ ਲਈ ਇਹਦੀ ਘੋਰ ਨਿੰਦਾ ਕਰਦੇ ਹੋਏ ਇਹਨੂੰ ਮੂਲੋਂ ਹੀ ਰੱਦ ਕੀਤਾ ਜਾਂਦਾ। ਤਾਂ ਤੁਸੀਂ ਕਹਿ ਰਹੇ ਹੋ ਕਿ ਪੰਜ ਪਿਆਰੇ ਤੁਹਾਨੂੰ ਬੁਲਾਉਣ ਦੇ ਹੱਕਦਾਰ ਨਹੀਂ ਐ। ਜੀ ਪੰਜ ਪਿਆਰੇ ਉਸ ਹੁਕਮਨਾਮੇ ਮੁਤਾਬਕ ਤਾਂ ਨਹੀਂ ਬੁਲਾ ਸਕਦੇ। ਜਦੋਂ ਉਹ ਇਹਨਾਂ ਪੰਜ ਪਿਆਰੇ ਸਹਾਬਾਨਾਂ 'ਚੋਂ ਤਿੰਨ ਉਹਦੇ ਵਿੱਚ ਸ਼ਾਮਲ ਨੇ। ਹਮ ਇੱਕ ਸਾਬਕਾ ਸਿੰਘ ਸਾਹਿਬ ਗੈਨੀ ਇਕਬਾਲ ਸਿੰਘ ਦੇ ਸੈਨਿਕ ਨੇ ਇੱਕ ਸੱਚਖੰਡ ਨਵਾਸੀ ਗਿਆਨੀ ਰਜਿੰਦਰ ਸਿੰਘ ਜੀ ਸਨ ਹੈੱਡ ਗ੍ਰੰਤੀ ਸਾਹਿਬ ਉਹਨਾਂ ਦੇ ਸਾਈਨ ਨੇ ਤਾਂ ਜਥੇਦਾਰ ਜੇ ਕੋਈ ਥਾਪਿਆ ਗਿਆ ਤੱਕ ਸਾਹਿਬ ਦਾ ਤਾਂ ਉਹ ਸੁਪਰੀਮ ਹੋ ਗਿਆ ਉਹਨੂੰ ਕੋਈ ਸਵਾਲ ਨਹੀਂ ਹੋ ਸਕਦਾ ਨਹੀਂ ਸਵਾਲ ਕਰ ਸਕਦੇ ਹੋ ਪਰ ਤਲਬ ਨਹੀਂ ਕਰ ਸਕਦੇ ਕੌਣ ਸਵਾਲ ਕਰ ਸਕਦਾ ਤੁਸੀਂ ਕਰ ਸਕਦੇ ਹੋ ਕੋਈ ਵੀ ਕਰ ਸਕਦਾ ਸਵਾਲ 70 ਲੱਖ ਰੁਪਇਆ ਇੱਕ ਕਿਰਪਾਨ ਜਿਹੜੀ ਆਉਂਦੀ ਹੈ ਉਹ ਸਿੰਘ ਸਾਹਿਬ ਕਿੱਥੇ ਜਾਂਦੀ ਹੈ 70 ਲੱਖ ਦੀ ਕੋਈ ਕਿਰਪਾਨ ਆਈ ਨਹੀਂ ਆਈ ਹੈ ਕਿ ਨਹੀਂ ਆਈ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਤੁਹਾਡੇ ਹੱਥ 'ਚ ਪੈਸਾ ਆਇਆ 70 ਲੱਖ ਰੁਪਇਆ ਨਾ ਨਾ 70 ਰੁਪਏ ਵੀ ਨਹੀਂ ਆਏ ਸਤਿ ਅੱਲਾਹ ਹੱਕ ਤੱਕ ਦੇ ਰਹੇ ਉਹ ਤੁਹਾਡੀ ਨਜ਼ਰ ਚ ਸੀ ਤੁਸੀਂ ਬਕਾਇਦਾ ਪਰਚੀ ਪੜਦੇ ਹੋ ਅਰਦਾਸ ਕਰਦੇ ਹੋ ਸੰਗਤ ਨੂੰ ਦੱਸਦੇ ਹੋ ਵੀ ਆਹ ਚੀਜ਼ਾਂ ਆਈਆਂ ਬਿਨਾ ਤਸਦੀਕ ਕੀਤੇ ਤੁਸੀਂ ਪੜਤੀ ਉਹ ਗੱਲ ਇਸ ਤਰ੍ਹਾਂ ਹੈ ਕਿ ਜਦੋਂ ਕੋਈ ਕੋਈ ਵੀ ਸਰਦਾਲੂ ਹੈ ਸਾਡੇ ਵਾਸਤੇ ਤਾਂ ਗੁਰੂ ਰੂਪ ਹੈ ਉਹ ਭਾਵੇਂ ਉਹ ਚੰਗਾ ਹੈ ਕਿ ਮਾੜਾ ਹੈ ਉਹਨੂੰ ਪਤਾ ਸਾਡੇ ਵਾਸਤੇ ਤਾਂ ਉਹ ਪੂਜਨੀਕ ਹੈ ਅਸੀਂ ਤਾਂ ਨਹੀਂ ਕਿਸੇ ਨੂੰ ਕਹਿੰਦੇ ਵੀ ਤੂੰ ਗੋਲਕ ਚ 1000 ਰੁਪਏ ਪਾ ਰਿਹਾ ਹੈ ਤਾਂ ਪਹਿਲਾਂ ਸਾਨੂੰ ਚੈੱਕ ਕਰਾ ਨਕਲੀ ਹੈ ਕਿ ਅਸਲੀ ਹੈ ਸਾਡਾ ਇਹ ਫਰਜ਼ ਨਹੀਂ ਬਣਦਾ ਪਰ ਹਰ ਬੰਦੇ ਦੀ ਤਾਂ ਤੁਸੀਂ ਅਰਦਾਸ ਵੀ ਨਹੀਂ ਕਰਦੇ ਨਹੀਂ ਜਿਹੜਾ ਅਰਦਾਸ ਕਰਾਵੇ ਉਹ ਦੀ ਕਰਦੇ ਇਹ ਸਮਰਾ ਸਾਹਿਬ ਨੇ ਤੁਹਾਨੂੰ ਪਰਚੀ ਫੜਾਈ ਆ ਕੇ ਉਹ ਇਹਨਾਂ ਦੇ ਨਾਲ ਹੀ ਸੀ ਕੋਈ ਸੱਜਣ ਜਿਨ੍ਹਾਂ ਨੇ ਮੈਨੂੰ ਪਹਿਲਾਂ ਹੀ ਰਹਿਰਾਜ ਸਾਹਿਬ ਜਾਣ ਤੋਂ ਪਹਿਲਾਂ ਹੀ ਪਰਚੀ ਫੜਾਤੀ ਬਈਆਂ ਚੀਜ਼ਾਂ ਆਈਆਂ ਨੇ ਉਹ ਪੜ੍ਹ ਕੇ ਮੈਂ ਵੀ ਸੁਣਾਈਆਂ ਨੇ ਉਹ ਪੜ੍ਹ ਕੇ ਉੱਥੋਂ ਦੇ ਜਨ ਸਕੱਤਰ ਨੇ ਵੀ ਸੁਣਾਈਆਂ ਸਾਡੀ ਤਾਂ ਖੁਸ਼ੀ ਬਹੁਤ ਸੀ ਕਿ ਤਖਤ ਸਾਹਿਬ ਮਾਇਆ ਆਈ ਹੈ ਸਰਮਾਇਆ ਹੈ ਜਿਵੇਂ ਇਹਨਾਂ ਨੇ ਕਿਹਾ ਵੀ ਪੀੜਾ ਸਾਹਿਬ ਸੋਨੇ ਦਾ ਬਣਿਆ ਹੋਇਆ ਹੈ ਚੌਰ سونے ਦਾ ਬਣਿਆ ਹੋਇਆ ਹੋਰ ਚੀਜ਼ਾਂ سونے ਦੀਆਂ ਬਣੀਆਂ ਜਦੋਂ ਅਰਦਾਸ ਕਰਦੇ ਹਾਂ ਜਦੋਂ ਭੇਟ ਕੀਤੀ ਜਾਂਦੀ ਹੈ ਗੁਰੂ ਮਹਾਰਾਜ ਨੂੰ ਅਰਪਣ ਕੀਤਾ ਜਾਂਦਾ ਉਦੋਂ ਤੁਹਾਡੇ ਸਾਹਮਣੇ ਹੀ ਹੋਊਗੀ ਉਹ ਪਈ ਹੋਊਗੀ ਉਸ ਵੇਲੇ ਹਾਂ ਚੀਜ਼ਾਂ ਉੱਥੇ ਰੱਖ ਦਿੰਦੇ ਨੇ ਸਾਹਮਣੇ ਉਹਦੇ 'ਚ ਤਾਂ ਕੋਈ ਨਹੀਂ ਤਾਂ ਤੁਸੀਂ ਆਪ ਜਿੱਚੇ ਤੌਰ ਤੇ ਦੇਖਿਆ ਨਹੀਂ ਨਾ ਹੱਥ ਲਾਇਆ ਉਹਨੂੰ ਨਾ 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 ਕਿਧਰੇ ਵੀ ਨਹੀਂ ਇੱਕ ਪੀੜਾ ਸਾਹਿਬ ਦੱਸ ਰਿਹਾ ਉਹ ਸੀਗਾ سونے ਦਾ ਕੋਈ ਹੱਥ ਨਹੀਂ ਲੱਗਾ ਉਹਨੂੰ ਨਾ ਮੈਨੂੰ ਦਿੱਤਾ ਗਿਆ ਨਾ ਮੈਂ ਹੱਥ ਲਾਇਆ ਨਾ ਮੈਂ ਰਿਸੀਵ ਕੀਤਾ ਜੇ ਮੈਂ ਰਿਸੀਵ ਕਰਾਂਗਾ ਤਾਂ ਮੇਰੀ ਰਿਸੀਵਿੰਗ ਹੋਏਗੀ ਬਿਲਕੁਲ ਨਾ ਸਾਨੂੰ ਦੱਸਿਆ ਗਿਆ ਵੀ ਕਿੱਥੋਂ ਪੀੜਾ ਲਿਆਂਦਾ ਹੈ ਕਿੰਨੇ ਪੀੜਾ ਬਣਾਇਆ ਇਹਨਾਂ ਦਾ ਸਗੋਂ ਇੱਕ ਲੈਟਰ ਮੇਰੇ ਕੋਲ ਆਇਆ ਹਮ ਕਿ ਆ ਪੀੜਾ ਸਾਫ سونے ਦਾ ਬਣਿਆ ਹੋਇਆ ਚੌਰ سونے ਦਾ ਬਣਿਆ ਹੋਇਆ ਇਹਨਾਂ ਦੇ ਆਪਣੇ ਲੈਟਰ ਹੈਡ ਤੇ ਹੈ ਇਹਨਾਂ ਨੇ ਖੁਦ ਭੇਜਿਆ ਹਾਂਜੀ ਕਿਨਾਂ ਦੇ ਲੈਟਰ ਹੈਡ ਤੇ ਜੀ ਆ ਗੁਰਵਿੰਦਰ ਸਿੰਘ ਸਮਰਾਦੇ ਹਮ ਇਹਨਾਂ ਸਾਨੂੰ ਖੁਦ ਭੇਜਿਆ ਵੀ ਆ ਚੀਜ਼ਾਂ ਅਸੀਂ ਭੇਜ ਰਹੇ ਹਾਂ ਇਹਨਾਂ ਨੇ ਬਾਕਾਇਦਾ ਵੀਡੀਓ ਚ ਬੋਲਿਆ ਵੀ ਹੈ ਉਹਦੇ ਚ ਕੀਮਤ ਲਿਖੀ ਜਾਂਦੀ ਹੈ ਜਿਹੜਾ ਲੈਟਰ ਹੈਡ ਤੁਸੀਂ ਦੱਸ ਰਹੇ ਹੋ ਨਹੀਂ ਕੀਮਤ ਕੋਈ ਨਹੀਂ ਕੀਮਤ ਦੱਸ ਕੇ ਸਿਰਫ ਇਹ ਦੱਸਿਆ ਜਾਂਦਾ ਕਿੰਨੇ ਤੋਲੇ ਸੋਨਾ ਲੱਗਿਆ ਇਹ ਵੀ ਨਹੀਂ ਲਿਖਿਆ ਹੁੰਦਾ ਨਾ ਇਹ ਵੀ ਨਹੀਂ ਲਿਖਿਆ ਇਹਦੇ ਚ ਇਹਨਾਂ ਨੇ ਜਿਹੜਾ ਮੈਨੂੰ ਪਰਚਾ ਦਿੱਤਾ ਸੀ ਉਹਦੇ ਚ ਲਿਖਿਆ ਵੀ ਸਵਾ ਸੇਰ ਸੋਨੇ ਦੀ ਕਿਰਪਾਨ ਹੈ ਪਰ ਪਹਿਲਾਂ ਦੋ ਸੇਰ ਬੋਲਿਆ ਤੁਸੀਂ ਹਾਂ ਉਹਦੇ ਚ ਪਹਿਲਾਂ ਇਹਨਾਂ ਨੇ ਜਿਹੜਾ ਦਿੱਤਾ ਸੀ ਉਹਦੇ ਚ ਦੋ ਸੇਰ ਇਹਨਾਂ ਬੋਲਿਆ ਤਾਂ ਮੈਂ ਉਹ ਦੋ ਸੇਰ ਬੋਲ ਦਿੱਤਾ ਬਾਅਦ ਚ ਇਹਨਾਂ ਨੇ ਕਿਹਾ ਵੀ ਸਵਾ ਸੇਰ ਹੈ ਤਾਂ ਮੈਂ ਸਵਾ ਸੇਰ ਮੰਨ ਲਿਆ ਮੇਰੇ ਕੋਲ ਕਿਹੜਾ ਤਰਾਜ਼ੂ ਹੈ ਮੈਂ ਤੋਲ ਲਵਾਵਾਂਗਾ ਦੇਖ ਲਵਾਵਾਂਗਾ ਨਾ ਤਾਂ ਮੈਂ ਸੋਨੇ ਦਾ ਕੰਮ ਜਾਣਦਾ ਕਿ ਮੈਂ ਪਰਖ ਲਵਾਂਗਾ ਸਹੀ ਹੈ ਕਿ ਗਲਤ ਹੈ ਜਿਵੇਂ ਇਹਨਾਂ ਨੇ ਕਿਹਾ ਸਾਡੀ ਖੁਸ਼ੀ ਬਹੁਤ ਸੀ ਅਸੀਂ ਉਹਦੇ ਚ ਇਹਨਾਂ ਨੂੰ ਮਾਣ ਪੱਤਰ ਵੀ ਦਿੱਤਾ ਵੀ ਅਨੰਨ ਸੇਵਕ ਨੇ ਇਹਨਾਂ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਜੱਥੇਦਾਰ ਜੀ ਇਹ ਕਿਵੇਂ ਹੋ ਗਿਆ ਕਿ ਇਹ ਗਲਤੀ ਪਹਿਲੀ ਵਾਰ ਜੱਥੇਦਾਰ ਰਣਜੀਤ ਸਿੰਘ ਗੋਹਰ ਤੋਂ ਹੀ ਹੁੰਦੀ ਹੈ ਇਸ ਤੋਂ ਪਹਿਲਾਂ ਕੌਮ ਦੇ ਇੰਨੇ ਜੱਥੇਦਾਰ ਆਏ ਮੌਜੂਦਾ ਹੁਣ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਹੋਰ ਵੀ ਸੰਗਤਾਂ ਨੇ ਸੋਨਾ ਭੇਟ ਕੀਤਾ ਹੋਣਾ ਦਰਬਾਰ ਸਾਹਿਬ ਸੋਨਾ ਭੇਟ ਹੁੰਦਾ ਹੈ ਕਦੇ ਇਹੋ ਜਿਹਾ ਵਿਵਾਦ ਕਿਉਂ ਨਹੀਂ ਆਇਆ ਜੀ ਇਸ ਬਾਰੇ ਮੈਂ ਨਹੀਂ ਕਹਿ ਸਕਦਾ ਪਰ ਮੇਰੀ ਗਲਤੀ ਇਸ ਕਰਕੇ ਨਹੀਂ ਹੈ ਕਿਉਂਕਿ ਮੈਨੂੰ ਕੋਈ ਪਰਖ ਤਾਂ ਹੈ ਨਹੀਂ ਕਿਸੇ ਚੀਜ਼ ਦੀ ਨਾ ਇਹ ਨਾ ਮੈਨੂੰ ਕਿਹਾ ਬਈ ਇਹ ਪਰਖ ਕਰ ਲਓ ਨਾ ਮੈਂ ਪਰਖ ਕਰਨੀ ਸੀ ਇਹ ਤਾਂ ਸੁਪਰਡੈਂਟ ਨੇ ਕਰਨੀ ਹੈ ਜਾਂ ਮੈਨੇਜਮੈਂਟ ਨੇ ਕਰਨੀ ਹੈ ਉਹ ਜਦ ਇਥੋਂ ਹੀ ਰੋਲਾ ਪਿਆ ਜਦ ਸਰਦਾਰ ਅਵਤਾਰ ਸਿੰਘ ਹਿਤ ਹੁਣਾ ਨੇ ਉਹਦੀ ਜਾਂਚ ਪੜਤਾਲ ਕਰਵਾਈ ਜਿਸ ਦਿਨ ਤੋਂ ਜਾਂਚ ਪੜਤਾਲ ਹੋਈ ਉਸੇ ਦਿਨ ਤੋਂ ਸਮਰਾ ਸਾਹਿਬ ਬੋਲਣ ਲੱਗ ਪਏ ਇਹ ਫਲਾਣਾ ਹੈ ਇਹ ਹੈ ਉਹ ਹੈ ਮੈਨੂੰ ਕਹਿਆ ਵੀ ਤੂੰ ਇਹਨਾਂ ਦਿਨ ਬੰਦਿਆਂ ਦੇ ਨਾਮ ਲੈ ਕੇ ਕਿਹਾ ਵੀ ਇਹਨਾਂ ਨੂੰ ਛਟਕਾ ਦੇ ਇਹਨਾਂ ਨੂੰ ਖਤਮ ਕਰ ਦੇ ਇਹਨਾਂ ਨੂੰ ਸਸਪੈਂਡ ਕਰ ਦੇ ਉੱਥੇ ਕੋਈ ਪ੍ਰੋਸੀਜਰ ਹੈਗਾ ਕੋਈ ਗਲਤੀ ਲੱਭੋਗੇ ਕਿਸੇ ਇੱਕ ਹੀ ਨੇ ਕਿਹਾ ਤੁਹਾਨੂੰ ਛਟਕਾ ਦੇ ਆਪਣਾ ਗੁਰਵਿੰਦਰ ਸਿੰਘ ਸਮਰਾਂ ਉਹ ਚਾਹੁੰਦੇ ਸੀਗੇ ਕਿ ਕੁਝ ਵਿਅਕਤੀ ਜਿਹੜੇ ਕੁਝ ਉੱਥੋਂ ਦੇ ਕਮੇਟੀ ਦੇ ਵਿੱਚ ਬੰਦੇ ਨਹੀਂ ਨਹੀਂ ਉਹ ਜਿਹੜੇ ਆਪਣੇ ਗ੍ਰੰਥੀ ਸਾਹਿਬਾਨ ਗ੍ਰੰਥੀ ਸਾਹਿਬਾਨ ਕਿਉਂਕਿ ਇਹਨਾਂ ਨੇ 11 ਜੂਨ ਨੂੰ ਇੱਕ ਸਾਨੂੰ ਚੈੱਕ ਦੀ ਫੋਟੋ ਭੇਜੀ ਹੈ ਜਿਹਦੇ ਚ ਲਿਖਿਆ ਹੋਇਆ ਵੀ 10 ਕਰੋੜ ਦਾ ਇਹ ਚੈੱਕ ਹੈ ਹੂੰ ਤੇ ਇਹ ਅਸੀਂ ਤਖਤ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਂ ਤੇ ਇਹਨਾਂ ਨੇ ਚੈੱਕ ਕੱਟ ਕੇ ਉਹਦੀ ਫੋਟੋ ਸਾਨੂੰ ਆਈ ਜੀ ਇਹਦਾ ਹੋਰ ਵੀ ਗਰੁੱਪਾਂ ਚ ਪਾਈ ਹੋਏਗੀ ਹੂੰ ਤੇ ਫਿਰ ਮੈਨੂੰ ਕਹਿਣ ਲੱਗੇ ਮੈਂ ਇਹਨਾਂ ਨੂੰ ਫੋਨ ਤੇ ਮੇਰੀ ਗੱਲ ਹੋਈ ਮੈਂ ਕਿਹਾ ਵੀ ਤੁਸੀਂ ਜਿਹੜਾ ਚੈੱਕ ਲਿਆਂਦਾ ਹੈਗਾ ਉਹ ਤਖਤ ਸਾਹਿਬ ਜਮ੍ਹਾਂ ਕਰਾ ਦਿਓ ਇਹ ਕਹਿਣ ਲੱਗੇ ਵੀ ਅਸੀਂ ਤਾਂ ਸਵੇਰੇ 2:30 ਵਜੇ ਗਏ ਸੀ ਤੇ ਬਲਦੇਵ ਸਿੰਘ ਉਹਨਾਂ ਦਾ ਨਾਂ ਲਿਆ ਜਿਹੜੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਸਾਡੇ ਨਾਲ ਔਰ ਕਹਿੰਦੇ ਫਿਰ ਗੁਰਦਿਆਲ ਸਿੰਘ ਦਾ ਨਾਮ ਲਿਆ ਹੋਰ ਦਾ ਵੀ ਨਾਮ ਲਿਆ ਵੀ ਇਹਨਾਂ ਨੇ ਸਾਡੇ ਕੋਲੋਂ ਚੈੱਕ ਲਿਆ ਨਹੀਂ ਜੀ ਚੈੱਕ ਇੰਨਾ ਵੱਡਾ ਕੋਈ ਨਾਮ ਲਵੇ ਤੇ ਹੋ ਨਹੀਂ ਸਕਦਾ ਨਾਲੇ ਉਹ ਕੋਈ ਪਰਸਨਲ ਨਹੀਂ ਹੈ ਤੁਸੀਂ ਤਖਤ ਸਾਹਿਬ ਦੇ ਖਾਤੇ ਚ ਚਕਕੂਲ ਕੀ ਕਹਿੰਦੇ ਐ ਜੇ ਕਿਸੇ ਨੇ ਮੰਨ ਲਓ ਅੱਜ ਮੈਂ ਇੱਕ ਸ਼ਰਧਾਲੂ ਦੇ ਤੌਰ ਤੇ ਹਰਮੰਦਰ ਸਾਹਿਬ ਜਾਵਾਂ ਜਾਂ ਤਖਸ਼ਿਰੀ ਹਰਮੰਦਰ ਜੀ ਪਟਨਾ ਸਾਹਿਬ ਜਾਵਾਂ ਤੇ ਮੈਂ ਕਵਾਂ ਕਿ ਮੈਂ ਇੰਨੀ ਮਾਇਆ ਭੇਟ ਕਰਨੀ ਆ ਉਹਦਾ ਅਸੂਲ ਕੀ ਕਹਿੰਦਾ ਹੈ ਉਹ ਦਫਤਰ ਜਮਾ ਕਰਾ ਦੇਣਾ ਜਥੇਦਾਰ ਕੋਲੇ ਜਾਣ ਦਾ ਕੋਈ ਮਤਲਬ ਨਹੀਂ ਹੈ ਨਾ ਨਾ ਭਾਵੇਂ ਮੈਂ ਸੋਨੇ ਦੀ ਕਿਰਪਾਨ ਲੈ ਜਾਂ ਭਾਵੇਂ ਮੈਂ ਕੋਈ ਕਲਗੀ ਲੈ ਜਾਂ ਉਹ ਜਾਂਦੀ ਕਮੇਟੀ ਕੋਲੇ ਉਹ ਕਮੇਟੀ ਕੋਲ ਹੀ ਜਾਣੀ ਹੈ ਕਿਉਂਕਿ ਉਹਦਾ ਹਸਾਬ ਕਿਤਾਬ ਸਾਰਾ ਉਹਦੇ ਜਾਂਚ ਪੜਤਾਲ ਕਮੇਟੀ ਨੇ ਕਰਨੀ ਹੈ ਤਾਂ ਉਹਦੀ ਜਿਹੜੀ ਸੋਨੇ ਦੀ ਪਰਖ ਹੈ ਉਹ ਸੁਪਰੀਡੈਂਟ ਨੇ ਕਰਨੀ ਹੈ ਜਿਹੜਾ ਮਰਜ਼ੀ ਉਹਨਾਂ ਚੋਂ ਕਰੇ ਕੀ ਉਹ ਕਿਸੇ ਜੁਐਲਰ ਕੋਲੇ ਕਿਸੇ ਜੋਰੀ ਕੋਲੇ ਲੈ ਕੇ ਜਾਂਦੇ ਆ ਹਾਂਜੀ ਇਹੀ ਪ੍ਰੋਸੀਜਰ ਹੈ ਇਸ ਗੱਲ ਦੀ ਨੌਲੇਜ ਜਥੇਦਾਰ ਨੂੰ ਹੁੰਦੀ ਹੈ ਨਹੀਂ ਹਮੇਸ਼ਾ ਨਹੀਂ ਜਥੇਦਾਰ ਦਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਪਤਾ ਹੋ ਵੀ ਸਕਦਾ ਹੈ ਨਹੀਂ ਪਤਾ ਹੋ ਸਕਦਾ ਨਹੀਂ ਹੋ ਸਕਦਾ ਤਾਂ ਜਦੋਂ ਇਹ ਕਿਰਪਾਨ ਦੀ ਗੱਲ ਆਈ ਤੁਹਾਨੂੰ ਔਰ ਇਹ ਸੋਨੇ ਦੀ ਗੱਲ ਆਈ ਤੁਹਾਨੂੰ ਉਹਦੀ ਨੌਲੇਜ ਸੀਗੀ ਸਾਰੀ ਨਾ ਮੈਨੂੰ ਕੋਈ ਨੌਲੇਜ ਨਹੀਂ ਬਈ ਉਹ ਕਿੱਥੋਂ ਆਈ ਹੈ ਕੌਣ ਲਿਆਇਆ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਅਸੀਂ ਉਹ ਬੋਲ ਦਿੱਤਾ ਉਹ ਤਾਂ ਕਹਿੰਦੇ ਬਣਵਾਈ ਤੁਸੀਂ ਹੈ ਉਹ ਗਲਤ ਕਹਿ ਰਹੇ ਕੈਸ਼ ਦਿੱਤਾ ਗਿਆ ਤੇ ਬਣਵਾਈ ਤੁਸੀਂ ਹੈ ਉਹ ਗਲਤ ਕਹਿ ਰਹੇ ਉਹ ਝੂਠ ਹੈਗਾ ਸਰਾ ਸਰ ਝੂਠ ਹੈਗਾ ਇੱਕ ਵੀ ਸਚਾਈ ਨਹੀਂ ਹੈ ਮੈਨੂੰ ਕੋਈ ਦਿਖਾ ਦੇਣ ਭਈ ਕਿਤੇ ਵੀਡੀਓ ਬਣਾਈ ਹੋਵੇ ਕੈਸ਼ ਦਿੰਦਿਆਂ ਹੋਇਆਂ ਇੰਨਾ ਕੈਸ਼ ਕੋਈ ਲੈ ਕਿਵੇਂ ਸਕਦਾ ਇੰਨਾ ਕੈਸ਼ ਨਾ ਕੋਈ ਦੇ ਸਕਦਾ ਨਾ ਕੋਈ ਲੈ ਸਕਦਾ ਕੈਸ਼ ਲਿਮਟ ਜਿਹੜੀ ਹੈ ਤਾਂ 20000 ਦੀ ਹੈ ਸਾਰੀ ਤੁਹਾਡੇ ਮਨ 'ਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਤੇ ਡਰ ਹੈ 100% ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਅੱਜ ਇਹ ਗੱਲ ਕਹਿੰਨੇ ਹਾਂ ਕਿ ਤੁਸੀਂ ਇੱਕ ਪੈਸਾ ਨਹੀਂ ਖਾਦਾ ਕੌਮ ਦਾ ਸਵਾਲ ਨਹੀਂ ਪੈਦਾ ਹੁੰਦਾ ਕਿ ਖਾਦਾ ਹੋਵੇ ਗੁਰੂ ਸਾਹਿਬ ਦੀ ਸੌਂ ਖਾ ਕੇ ਸੌਂ ਸ਼ਬਦ ਸਾਨੂੰ ਚੰਗਾ ਨਹੀਂ ਹੈ ਪਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਇੱਕ ਪੈਸਾ ਕੌਮ ਦਾ ਮੈਂ ਨਹੀਂ ਖਾਦਾ ਸ਼ਾਇਦ ਮੇਰਾ ਕਸੂਰ ਹੀ ਇਹ ਹੋਵੇ ਕਿ ਮੈਂ ਇਮਾਨਦਾਰੀ ਰੱਖੀ ਹੈ ਪਾਰਦਰਸ਼ਤਾ ਰੱਖੀ ਹੈ ਜਿਸ ਦਿਨ ਮੈਂ ਆਇਆ ਇਹ ਹੁਣ ਜਦ ਦਿਨ ਛੁੱਟੀ ਤੇ ਮੈਂ ਆਇਆ ਉਸ ਦਿਨ ਵੀ ਮੈਂ ਇੱਕ ਸੱਜਣ ਦਾ ਜਿਹਨਾਂ ਦਾ ਮੈਂ ਨਾਂ ਨਹੀਂ ਮੀਡੀਆ ਦੱਸਣਾ ਚਾਹੁੰਦਾ ਉਹਨਾਂ ਵੱਲੋਂ ਸੋਨਾ ਆਇਆ ਹੋਇਆ ਸੀ ਖੜਾਵਾਂ ਦੀ ਸੇਵਾ ਲਈ ਕੋਈ ਤਕਰੀਬਨ 600 ਸਵਾ 600 ਗ੍ਰਾਮ ਸੋਨਾ ਸੀ ਹਮ ਪਰ ਜਿਹੜੇ ਸੱਜਣ ਸੇਵਾ ਕਰ ਰਹੇ ਨੇ ਖੜਾਵਾਂ ਦੀ ਉਹਨਾਂ ਨੇ ਕਿਹਾ ਵੀ ਅਸੀਂ ਪੈਸਾ ਨਹੀਂ ਲੈਣਾ ਮੈਂ ਉਹਨਾਂ ਨਾਲ ਫੋਨ ਤੇ ਰਾਬਤਾ ਕੀਤਾ ਮੈਂ ਕਿਹਾ ਵੀ ਜਿਹੜੇ ਸੇਵਾ ਕਰ ਰਹੇ ਨੇ ਉਹ ਉਹਨਾਂ ਨੇ ਪੈਸਾ ਨਹੀਂ ਲੈਣਾ ਤੇ ਤੁਸੀਂ ਦੱਸੋ ਵੀ ਤੁਹਾਡਾ ਕੀ ਕਰੀਏ ਉਹ ਮੈਨੂੰ ਕਹਿਣ ਲੱਗੇ ਵੀ ਤੁਸੀਂ ਜਾਂ ਤੇ ਸਾਨੂੰ ਵਾਪਸ ਕਰਾ ਦਿਓ ਤੇ ਜਾਂ ਉਹਨਾਂ ਨੇ ਕਿਸੇ ਫਤੇਗੜ ਸਾਹਿਬ ਦੇ ਕਿਸੇ ਸੱਜਣ ਦਾ ਨਾਮ ਲੈ ਵੀ ਉਹਨਾਂ ਨੂੰ ਤੁਸੀਂ ਦੇ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਬੇਨਤੀ ਇਸ ਤਰ੍ਹਾਂ ਹੈ ਵੀ ਤੁਹਾਡੇ ਵੱਲੋਂ ਸੇਵਾ ਆਈ ਹੋਈ ਹੈ ਤਖਤ ਸਾਹਿਬ ਪਟਨਾ ਸਾਹਿਬ ਤੇ ਬਿਹਤਰ ਹੈਗਾ ਇੱਥੇ ਹੀ ਜਮਾ ਹੋ ਜਾਏ ਹੂੰ ਉਹ ਬਕਾਇਦਾ ਰਸੀਦਾਂ ਲੈ ਕੇ ਉਹ ਜਮਾ ਕਰਾ ਕੇ ਉਹਦੀ ਪਰਖ ਹੋਈ ਹੈ ਪਰਖ ਹੋ ਕੇ ਉਹ ਜਿੰਨਾ ਵਜ਼ਨ ਸੀ ਐਜ਼ ਇਟ ਇਜ਼ ਉਹਨਾਂ ਵਜ਼ਨ ਉੱਥੇ ਜਮਾ ਹੋਇਆ ਜਥੇਦਾਰ ਜੀ ਇਹ ਸੋਨਾ ਭੇਟ ਕਰਨ ਵਾਲੇ ਸ਼ਰਧਾਲੂ ਤੁਹਾਡੇ ਕੋਲ ਕਿਉਂ ਆਉਂਦੇ ਆ ਥੋਡੇ ਕੰਟੈਕਟ ਚ ਕਿਉਂ ਆਏ ਨਹੀਂ ਮੇਰੇ ਨਹੀਂ ਜਿਹਨੇ 650 ਗ੍ਰਾਮ ਦੀਆਂ ਖੜਾਵਾਂ ਭੇਟ ਕੀਤੀਆਂ ਹਾਂ ਜੀ ਹਾਂ ਜੀ ਉਹ ਜਥੇਦਾਰ ਸਾਹਿਬ ਦੇ ਸੰਪਰਕ ਉਹ ਅਗਲੇ ਦੀ ਮਰਜ਼ੀ ਹੈ ਅਗਲਾ ਦੇ ਦੇਵੇ ਨਾ ਦੇਵੇ ਉਹਦੀ ਮਰਜ਼ੀ ਹੈ ਜਿਹਨੇ ਤੁਸੀਂ ਆਪਣੇ ਕੋਲ ਰੱਖੇ ਹੋਏ ਸੀ ਉਹ ਹਾਂ ਮੇਰੇ ਕੋਲ ਸੀ ਉਹਨਾਂ ਦੀ ਆਮਾਨਤ ਸੀ ਕਿਸ ਕਿਸ ਦੇ ਅਧਿਕਾਰ ਨਾਲ ਰੱਖਿਆ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਬਲਕਿ ਉਹਨਾਂ ਦਾ ਲਿਖਿਆ ਹੋਇਆ ਹੈਗਾ ਕਿ ਜਦ ਖੜਾਵਾਂ ਦੀ ਸੇਵਾ ਹੋਵੇ ਸੋਨਾ ਉਹਦੇ ਵਿੱਚ ਪਾ ਦੇ ਹੋਰ ਕਿਤੇ ਜਮਾ ਨਾ ਕਰਾਓ ਕਿੰਨੀ ਦੇਰ ਤੁਸੀਂ ਆਪਣੇ ਕੋਲ ਰੱਖੇ ਮੇਰੇ ਕੋਲ ਮੇਰੇ ਖਿਆਲ 4 ਕਿ ਮਹੀਨੇ ਰਿਹਾ ਹੋਇਆ ਹੈ ਜੇ ਵਿਵਾਦ ਨਾ ਹੁੰਦਾ ਤਾਂ ਸ਼ਾਇਦ ਅੱਜ ਵੀ ਤੁਹਾਡੇ ਕੋਲੇ ਹੁੰਦੇ ਉਹ ਮੇਰਾ ਨਹੀਂ ਬਿਲਕੁਲ ਨਹੀਂ ਹੁੰਦਾ ਕਿਉਂਕਿ ਜਦੋਂ ਉਹਨਾਂ ਨੇ ਕਹਿ ਦਿੱਤਾ ਜਿਹੜੇ ਖੜਾਵਾ ਬਣਾ ਰਹੇ ਨੇ ਵੀ ਅਸੀਂ ਨਹੀਂ ਲੈਣਾ ਉਸ ਤੋਂ ਬਾਅਦ ਫਿਰ ਮੇਰਾ ਰਾਈਟ ਨਹੀਂ ਹੁੰਦਾ ਪਰ ਅਸੂਲ ਤਾਂ ਇਹ ਸੀ ਕਿ ਤੁਸੀਂ ਉੱਥੇ ਤੋਸ਼ਾਖਾਨੇ 'ਚ ਜਮ੍ਹਾਂ ਕਰਾਉਂਦੇ ਹੋ ਜਾਂ ਸੁਪਰੀਡੈਂਟ ਨੂੰ ਉਹਨਾਂ ਨੇ ਉਹਨਾਂ ਨੇ ਜਿਹੜਾ ਸ਼ਰਧਾਲੂ ਹੈ ਜਿਹੜਾ ਦੇਣ ਵਾਲਾ ਹੈਗਾ ਉਹਨਾਂ ਖੁਦ ਕਿਹਾ ਵੀ ਇਹ ਸੇਵਾ ਜਿਹੜੀ ਹੈ ਖੜਾਵਾ ਵਿੱਚ ਪਾਈ ਜਾਣੀ ਜੇ ਉਹਨਾਂ ਇਹ ਕਿਹਾ ਹੁੰਦਾ ਵੀ ਤਖਤ ਸਾਹਿਬ ਜਮ੍ਹਾਂ ਕਰਾ ਦਿਓ ਤੇ ਅਸੀਂ ਇੱਕ ਸੈਕਿੰਡ ਵੀ ਆਪਣੇ ਕੋਲ ਨਹੀਂ ਰੱਖ ਸਕਦੇ ਤੁਸੀਂ ਵੀ ਕਹਿ ਸਕਦੇ ਸੀ ਕਿ ਮੈਂ ਧਰਮ ਪ੍ਰਚਾਰ ਲਈ ਬੈਠਾ ਮੈਂ ਕੌਮ ਦਾ ਜੱਫੇਦਾਰਾ ਮੈਂ ਮਾਇਆ ਧਨ ਪੈਸਾ ਸੋਨੇ ਤੋਂ ਮੈਂ ਕੀ ਲੈਣਾ ਨਹੀਂ ਇਸ ਤਰ੍ਹਾਂ ਅਸੀਂ ਜਿਵੇਂ ਹੁਣ ਇੱਥੇ ਆਏ ਆ ਸੰਗਤ ਸੇਵਾ ਦੇ ਦਿੰਦੀ ਐ ਅਸੀਂ ਜਮਾਂ ਖਰਾ ਦੇਨੇ ਤੁਹਾਨੂੰ ਪਰਸਨਲੀ ਵੀ ਸੰਗਤ ਦਿੰਦੀ ਐ ਅੱਗਾ ਕੁਝ ਸੇਵਾ ਕਰ ਦਿੰਦੇ ਨੇ ਲੋਕ ਜਿਵੇਂ ਘਰ ਗਏ ਕਿਸੇ ਦੇ ਜਾਂ ਕੋਈ ਸੱਜਣ ਮਿਲਿਆ 25 ਲੱਖ ਰੁਪਏ ਦੀ ਲੋਈ ਤੁਹਾਨੂੰ ਸਮਰਾ ਸਾਹਿਬ ਨੇ ਦਿੱਤੀ ਨਾ ਨਾ ਸਮਰਾ ਸਾਹਿਬ ਤਾਂ ਸਮਰਾ ਸਾਹਿਬ ਨੇ ਉਹਨਾਂ ਦੀ ਗੱਲ ਤਾਂ ਕੋਈ ਵਿਸ਼ਵਾਸ ਹੀ ਨਹੀਂ ਤੇ ਨਾ ਉਹਨਾਂ ਦੀ ਕੋਈ ਗੱਲ ਚ ਸੱਚਾਈ ਐ 25 ਲੱਖ ਦੀ ਲੋਈ ਤੋਂ ਹੀ ਤੁਸੀਂ ਲੈ ਲੋ ਵੀ ਉਹਨਾਂ ਨੂੰ ਸਮਰਾਜ ਜੀ ਨੂੰ ਪੁੱਛੋ ਵੀ 25 ਲੱਖ ਦੀ ਲੋਈ ਦਾ ਬਿੱਲ ਕਿੱਥੇ ਹੈ ਹੂੰ ਕਿਤੇ GST ਲੱਗੀ ਹੋਏਗੀ ਜੇ ਬਿੱਲ ਉਹਨਾਂ ਕੋਲ ਗਵਾਚ ਗਿਆ ਹੋਏਗਾ ਤਾਂ ਦੁਕਾਨ ਹੋਏਗੀ ਜਿੱਥੋਂ ਲੋਈ ਲਈ ਗਈ ਹੈ ਉਹਦਾ ਡੁਪਲੀਕੇਟ ਉਹਨਾਂ ਕੋਲ ਦਿੰਦੇ ਤਾਂ ਉਹਨਾਂ ਕੋਲ ਬਿੱਲ ਮਿਲ ਜਾਂਦਾ ਹੂੰ ਕੋਈ ਐਡਾ ਵੱਡਾ ਸੌਦਾ ਤਾਂ ਹੈ ਛੋਟਾ ਤਾਂ ਹੈ ਨਹੀਂ ਵੀ 20-25 ਰੁਪਏ ਦੁਕਾਨ 'ਤੇ ਥੇਲੇ ਤੋਂ ਲੈ ਲਈਏ ਰੇੜੀ ਤੋਂ ਲੈ ਲਈਏ ਕੋਈ ਦੁਕਾਨ ਹੋਏਗੀ ਕੋਈ ਸ਼ੋਰੂਮ ਹੋਏਗਾ ਕੋਈ ਬਿੱਲ ਹੋਏਗਾ ਜੇ ਬਿਲ ਨਹੀਂ ਹੈਗਾ ਤਾਂ ਦੁਕਾਨ ਹੀ ਦੱਸ ਦੇਣ ਫੁਰਾਣੀ ਦੁਕਾਨ ਤੋਂ ਲਈ ਲਾਲਚ ਆਇਆ ਜਥੇਦਾਰ ਜੀ ਕਦੇ ਮਨ ਚ ਕਦੇ ਸੰਗਤ ਮਾਇਆ ਦੇ ਕੇ ਜਾਂਦੀ ਹੈ ਸੋਨਾ ਭੇਟ ਕਰਦੀ ਹੈ ਜੇ ਲੋਈਆਂ ਦੀ ਗੱਲ ਆਈ ਹੈ ਕਦੇ ਤੁਹਾਡੇ ਜ਼ਹਿਨ ਚ ਆਇਆ ਕਿ ਮੈਂ ਆਪਣੇ ਖਾਤਰ ਬਣਾਵਾਂ ਚੀਜ਼ਾਂ ਨਹੀਂ ਇਸ ਤਰ੍ਹਾਂ ਦਾ ਕਦੀ ਵੀ ਨਹੀਂ ਹੋਇਆ ਮਾਇਆ ਦੀ ਜਿਹੜੀ ਲਾਲਚ ਦੀ ਗੱਲ ਹੈ ਲਾਲਚ ਸੇਵਾ ਦਾ ਹੈ ਗੁਰੂ ਦੀ ਸੇਵਾ ਦਾ ਲਾਲਚ ਹੈ ਬਾਕੀ ਜੇ ਲਾਲਚ ਦੀ ਗੱਲ ਹੋਵੇ ਤਾਂ ਮੈਨੂੰ ਖੁਦ ਇਹ ਪਿਛਲੇ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਗੁਰਪੁਰਬ ਤੇ ਸਟੇਜ ਤੇ ਸੰਗਤ ਦੇ ਵਿੱਚ ਕਮੇਟੀ ਨੇ 11 ਲੱਖ ਦਾ ਚੈੱਕ ਦਿੱਤਾ ਸੀ ਮੈਂ ਉਸੇ ਵੇਲੇ ਵਾਪਸ ਕਰ ਦਿੱਤਾ ਮੈਂ ਕਿਹਾ ਮੈਂ ਨਹੀਂ ਲੈ ਸਕਦਾ ਮੈਨੂੰ ਪਤਾ ਹੈ ਵੀ ਕਰੋਨਾ ਦੇ ਹਾਲਾਤ ਨੇ ਤਖਸਾ ਮਾਇਆ ਦੀ ਲੋੜ ਹੈਗੀ ਉਸ ਤੋਂ ਪਿਛਲੇ ਗੁਰਪੁਰਬ ਤੇ ਗੁਰਦੁਆਰਾ ਗਊ ਘਾਟ 5 ਲੱਖ ਦਾ ਚੈੱਕ ਦਿੱਤਾ ਸੀ ਮੈਂ ਉਹ ਵੀ ਵਾਪਸ ਕਰ ਦਿੱਤਾ ਜੇ ਲਾਲਚ ਮੈਨੂੰ ਹੁੰਦਾ ਤਾਂ ਮੈਂ ਇਹ ਕਿਉਂ ਪੈਸੇ ਨਾ ਲੈਂਦਾ ਪੈਸੇ ਦਾ ਲਾਲਚ ਨਹੀਂ ਹੈ ਸੇਵਾ ਦਾ ਲਾਲਚ ਰਿਹਾ ਸੇਵਾ ਗੁਰੂ ਨੇ ਬਖਸ਼ੀ ਹੈ ਸੇਵਾ ਦਾ ਲਾਲਚ ਹੈ ਪੈਸੇ ਦਾ ਕੋਈ ਲਾਲਚ ਨਹੀਂ ਤੁਹਾਡੇ ਕਿਰਦਾਰ ਤੇ ਬਹੁਤ ਸਾਰੇ ਸਵਾਲ ਚੁੱਕੇ ਪਹਿਲੀ ਵਾਰ ਹੋਣਾ ਕਿ ਕਿਸੇ ਜੱਥੇਦਾਰ ਦੇ ਕਿਰਦਾਰ ਦੇ ਉੱਤੇ ਸਵਾਲ ਆਏ ਔਰ ਕੌਮ ਨਮੋਸ਼ ਹੈ ਇਸ ਗੱਲ ਪਿੱਛੇ ਤੁਹਾਡੇ ਬਾਰੇ ਇਹ ਕਿਹਾ ਗਿਆ ਕਿ ਇੱਕ ਔਰਤ ਇੱਕ ਬੱਚੀ ਦੇ ਨਾਲ ਕੁੜੀ ਨਾਲ ਤੁਹਾਡੇ ਸਬੰਧ ਸੀ ਔਰ ਉਹ ਪ੍ਰੈਗਨੈਂਟ ਤੱਕ ਹੋਈ ਹਾਂ ਇਹ ਸਮਰਾ ਨੇ ਗੱਲ ਆਖੀ ਹੈ ਪਰ ਮੈਂ ਸਮਰਾ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ 4 ਸਾਲ ਦਾ ਉਹ ਦੱਸਦੇ ਨੇ ਵੀ ਰਿਲੇਸ਼ਨ ਸੀ 4 ਸਾਲ ਦੇ ਰਿਲੇਸ਼ਨ ਵਿੱਚ ਉਹਦਾ ਕੋਈ ਨੰਬਰ ਸ਼ੋਅ ਕਰਨ ਮੇਰੀਆਂ ਕਾਲ ਡਿਟੇਲਾਂ ਲਓ ਮੇਰਾ ਕੋਈ ਮੈਸੇਜ ਕਿਸੇ ਨੂੰ ਗਿਆ ਹੋਵੇ ਜਾਂ ਮੈਨੂੰ ਕੋਈ ਇਸ ਤਰ੍ਹਾਂ ਦਾ ਮੈਸੇਜ ਆਇਆ ਹੋਵੇ ਸਾਰਾ ਦਾ ਰਿਕਾਰਡ ਮਿਲ ਜਾਂਦਾ ਜੇ 4 ਸਾਲ ਦਾ ਕਿਸੇ ਨਾਲ ਰਿਲੇਸ਼ਨ ਹੋਵੇ ਉਹ ਕਦੀ ਘਰ ਵੀ ਆਈ ਹੋਵੇਗੀ ਮੈਂ ਕਦੀ ਉਹਨਾਂ ਦੇ ਘਰ ਵੀ ਗਿਆ ਹੋਵਾਂਗਾ ਕਿੱਥੇ ਰਹਿੰਦੇ ਨੇ ਉਹ ਕੌੜਾ ਪਰਿਵਾਰ ਹੈ ਉਹ ਕਿੱਥੇ ਉਹ ਪ੍ਰੈਗਨੈਂਟ ਹੋ ਗਈ ਹੈ ਕਿੱਥੇ ਉਹ ਅਵਰਸ਼ਨ ਤੱਕ ਦੇ ਉਹਨਾਂ ਦੋਸ਼ ਲਾਏ ਕਾਲ ਕੀਤੀ ਉਹ ਕਹਿੰਦੇ ਇੱਕ ਨਿੱਜੀ ਇੰਟਰਵਿਊ ਚ ਕਹਿ ਰਹੇ ਆ ਕਿ ਉਸ ਕੁੜੀ ਨੇ ਮੈਨੂੰ ਕਾਲ ਕਰਕੇ ਸਾਰਾ ਕੁਝ ਦੱਸਿਓ ਕਹਿੰਦੇ ਮੇਰੇ ਕੋਲ ਰਿਕਾਰਡਿੰਗ ਹੈ ਸਬੂਤ ਨੇ ਸਾਰੇ ਮੈਂ ਕਹਾਂ ਜੀ ਉਹ ਸਬੂਤ ਜਨਤਕ ਕਰ ਦੇਣ ਗੱਲ ਹੀ ਖਤਮ ਹੈ ਇਹ ਉਹ ਸਬੂਤ ਦਿਖਾ ਕਿਉਂ ਨਹੀਂ ਰਹੇ ਦੇ ਦੇਣ ਸਬੂਤ ਪਤਾ ਲੱਗ ਜਾਵੇ ਹਸਪੀਟਲ ਨਹੀਂ ਗਏ ਦੋ ਚਾਰ ਵਾਰ ਹੀ ਗਿਆ ਆਉਂਦਿਆਂ ਜਾਂਦਿਆਂ ਲੰਘਦਿਆਂ ਗਿਆ ਮੈਂ ਕੁੜੀ ਨਾਲ ਨਹੀਂ ਗਏ ਨਾ 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 ਕੁੜੀ ਕਿਸੇ ਨਾਲ ਨਹੀਂ ਕੁੜੀ ਨਾਲ ਜਾਂ ਜਨਾਨੀ ਨਾਲ ਤੁਹਾਡੇ ਸਾਈਨ ਦਾ ਵੀ ਜ਼ਿਕਰ ਕਰ ਰਹੇ ਮੇਰੇ ਯਾਦ ਆ ਗਈ ਗੱਲ ਕਿ ਉਹ ਕਹਿ ਰਹੇ ਐ ਕਿ ਜਦੋਂ ਆਪਰੇਸ਼ਨ ਹੁੰਦਾ ਹੈ ਜਾਂ ਜਦੋਂ ਅਸੀਂ ਟ੍ਰੀਟਮੈਂਟ ਕਰਦੇ ਹਾਂ ਤਾਂ ਫਾਈਲ ਤੇ ਗਾਰਡੀਅਨ ਦੇ ਸਾਈਨ ਹੁੰਦੇ ਆ ਉਸ ਜਗ੍ਹਾ ਦੇ ਉੱਤੇ ਜਥੇਦਾਰ ਸਾਹਿਬ ਦੇ ਸਾਈਨ ਨਹੀਂ ਝੂਠ ਹੈ ਬਿਲਕੁਲ ਕੋਈ ਸਾਈਨ ਨਹੀਂ ਹਾਂ ਜਿਹੜਾ ਅਸੀਂ ਮਾਨ ਪੱਤਰ ਦਿੱਤਾ ਹੈ ਉਹਦੇ ਤੇ ਸਾਈਨ ਸਾਡੇ ਅੱਗੇ ਨੇ ਇਹ ਕਾਪੀ ਪੇਸਟ ਇਹਨਾਂ ਕਿਤੇ ਹੋਣਗੇ ਜੇ ਕਹਿੰਦੇ ਨੇ ਤਾਂ ਉਹ ਪਤਾ ਲੱਗ ਜਾਏਗਾ ਉਹ ਸਾਈਨ ਦੇ ਦੇਣ ਸਾਨੂੰ ਅਸੀਂ ਉਹਦੇ ਫੋਰੈਂਸਿਕ ਲੈਬ ਜਿੱਤਿਆ ਕਰਵਾਉਣਾ ਕਾਪੀ ਪੇਸਟ ਉਹ ਕਿੱਥੋਂ ਕਰ ਲੈਣਗੇ ਜਥੇਦਾਰ ਜੀ ਕਿਉਂ ਅੱਗੇ ਜਦੋਂ ਡਾਕਟਰ ਨੇ ਉਹਨਾਂ ਦਾ ਪੇਸ਼ਾ ਡਾਕਟਰ ਜੀ ਦਾ ਉਹ ਕਾਪੀ ਪੇਸਟ ਕਿੱਥੋਂ ਕਰਨਗੇ ਡਾਕਟਰ ਤਾਂ ਉਹ ਹੈ ਨਹੀਂ ਡਾਕਟਰ ਦੀ ਡਿਗਰੀ ਹੀ ਦਿਖਾ ਦੇਣ ਇਹ ਆ ਮੇਰੇ ਕੋਲ ਡਾਕਟਰ ਦੀ ਡਿਗਰੀ ਹੈ ਡਾਕਟਰ ਤਾਂ ਹੈ ਹੀ ਨਹੀਂ ਅੱਗੇ ਜਲੰਧਰ ਦੇ ਇੱਕ ਪੁਲਿਸ ਆਫੀਸਰ ਦੇ ਹੁਣ ਉਹ ਵੈਸ ਵੇਲੇ ਬਹੁਤ ਵੱਡੇ ਰੈਂਕ ਤੇ ਨੇ ਉਹਨਾਂ ਨੇ ਇਹਨਾਂ ਨੇ ਕਾਗਜ਼ ਡਾਕਟਰ ਕਰਕੇ ਉਸ ਤੇ ਕਿਸੇ ਦਾ ਸਿਰ ਲਾ ਕੇ ਕਿਸੇ ਦੇ ਧੜ ਤੇ ਲਾ ਕੇ ਉਹਨਾਂ ਨੂੰ ਇਹਨਾਂ ਨੇ ਫਸਾਇਆ ਸੀ ਉਹ ਕੇਸ ਇਹਨਾਂ ਦੇ ਖਿਲਾਫ ਗਿਆ ਸੀ ਸਾਬਤ ਨਹੀਂ ਹੋ ਸਕਿਆ ਉਹ ਕੇਸ ਇਹਨਾਂ ਦੇ ਬਣਿਆ ਉਹਦੇ ਚ ਇਹਨਾਂ ਨੇ ਸਜ਼ਾ ਕੱਟੀ। ਤਾਂ ਕਾਪੀ ਪੇਸਟ ਕਰਨ ਦੇ ਤਾਂ ਇਹ ਮਾਹਰ ਨੇ ਕੁਝ ਵੀ ਕਰ ਸਕਦੇ ਨੇ। ਤਾਂ ਤੁਸੀਂ ਉਹ ਮਾਨ ਪੱਤਰ ਕਿਸ ਕਿਸ ਖਾਤਰ ਦਿੱਤਾ ਸੀ? ਕੀ ਲੱਗਿਆ ਤੁਹਾਨੂੰ? ਅਸੀਂ ਮਾਨ ਪੱਤਰ ਇਸ ਲਈ ਦਿੱਤਾ ਕਿ ਇਹਨਾਂ ਇਹ ਕਹਿ ਰਹੇ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਵੱਡਾ ਮੈਂ ਸੋਨਾ ਦੇ ਰਿਆਂ, 10 ਕਰੋੜ ਦਾ ਚੈੱਕ ਦੇ ਰਿਆਂ। ਤਾਂ ਅਸੀਂ ਮਾਨ ਪੱਤਰ ਇਹਨਾਂ ਨੂੰ ਦਿੱਤਾ ਸੀ। ਤੁਸੀਂ ਉਹ ਚੈੱਕ ਦੀ ਗੱਲ ਵਿੱਚੇ ਰਹਿ ਗਈ ਸੀ ਉਹ ਚੈੱਕ ਫੇਰ ਕਮੇਟੀ ਨੂੰ ਦਿੱਤਾ ਸੀ ਤੁਸੀਂ? ਨਹੀਂ ਨਹੀਂ ਸਾਨੂੰ ਕਿੱਥੇ ਦਿੱਤਾ ਇਹਨਾਂ ਨੇ? ਸਾਨੂੰ ਤਾਂ ਇਹਨਾਂ ਨੇ WhatsApp ਤੇ ਪਾਇਆ ਉਹਦੀ ਫੋਟੋ ਸਾਡੇ ਕੋਲ ਆਈ ਤੇ ਮੈਂ ਕਿਕਰ ਜੀ ਤੁਸੀਂ ਕਿਹਾ ਕਿ ਉਹ ਕਹਿੰਦੇ ਕਿ ਚੈੱਕ ਹੈ ਔਰ ਤੁਹਾਡੇ ਗਰੰਤੀ ਸਿੰਘ ਨੇ ਜਿਹੜੇ ਉਹਨਾਂ ਨੇ ਉਹ ਚੈੱਕ ਨਹੀਂ ਲਿਆ ਤੁਸੀਂ ਕੈਮਰੇ ਤੋਂ ਪਹਿਲਾਂ ਵੀ ਮੈਨੂੰ ਇਹ ਗੱਲ ਦੱਸ ਰਹੇ ਸੀਗੇ ਉਹਨਾਂ ਕਿਹਾ ਵੀ ਜਿਹੜੇ ਗਰੰਤੀ ਸਿੰਘ ਨੇ ਮੈਂ ਗਿਆ ਸੀ 2:30 ਵਜੇ ਉੱਥੇ ਬਲਦੇਵ ਸਿੰਘ ਦਾ ਨਾਮ ਲਿਆ ਉਹਨਾਂ ਨੇ ਇੱਕ ਹੋਰ ਦਾ ਨਾਮ ਲਿਆ ਕਹਿੰਦੇ ਉਹਨਾਂ ਨੇ ਮੇਰਾ ਮੈਨੂੰ ਐਂਟਰਟੇਨਿੰਗ ਕੀਤਾ ਤੇ ਮੈਂ ਇਹ ਚੈੱਕ ਨਹੀਂ ਦੇਣਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜਦ ਮੇਰੇ ਨਾਲ ਫੋਨ ਤੇ ਗੱਲ ਹੋਈ ਹੈ ਮੈਂ ਬੇਨਤੀ ਕੀਤੀ ਮੈਂ ਕਿਹਾ ਵੀ ਡਾਕਟਰ ਸਾਹਿਬ ਮੇਰੇ ਮਨ ਚ ਇਹ ਸੀ ਵੀ ਅਗਰ 10 ਕਰੋੜ ਰੁਪਏ ਦੇ ਰਹੇ ਨੇ ਸਾਨੂੰ ਇਹ ਕੇ ਵੀ ਖੁਸ਼ੀ ਹੁੰਦੀ ਹੈ ਵੀ ਸਾਡੀ ਸੇਵਾ ਦੌਰਾਨ ਸਮਾਨ ਆ ਰਿਹਾ ਇਹ ਵੀ ਸਾਨੂੰ ਖੁਸ਼ੀ ਹੁੰਦੀ ਬਹੁਤ ਮੇਰਾ ਮਨ ਸੀ ਮੈਂ ਕਿਹਾ ਵੀ ਤੁਸੀਂ 10 ਕਰੋੜ ਜਿਹੜਾ ਹੈਗਾ ਉਹ ਤਖਤ ਸਾਹਿਬ ਜਮਾ ਕਰਾ ਦਿਓ ਅਗਰ ਗਰੰਤੀ ਸਹਿਬਾਨ ਨੇ ਤੁਹਾਨੂੰ ਨਹੀਂ ਇੰਟਰਟੇਨ ਕੀਤਾ ਜਾਂ ਉਹਨਾਂ ਦੀ ਗਲਤੀ ਉਹਨਾਂ ਕੋਲ ਹੋਈ ਹੈ ਤਾਂ ਮੇਰੇ ਕੋਲ ਦੋ ਪਦਵੀਆਂ ਨੇ ਤਖਸਾਬ ਦੀਆਂ ਹਮ ਹੈੱਡ ਗ੍ਰੰਥੀ ਦੀ ਵੀ ਹੈ ਤੇ ਜਥੇਦਾਰ ਦੀ ਵੀ ਹੈ ਤੇ ਮੈਂ ਉਹਨਾਂ ਵੱਲੋਂ ਤੁਹਾਡੇ ਕੋਲ ਮੈਂ ਮਾਫੀ ਮੰਗਦਾ ਤੁਸੀਂ ਉਹ ਜਿਹੜਾ ਸਰਮਾਇਆ ਹੈਗਾ ਤਖਸਾਬ ਜਮ੍ਹਾਂ ਕਰਾ ਕੇ ਪਰ ਇਹ ਕਹਿਣ ਲੱਗੇ ਮੈਂ ਤਾਂ ਹੁਣ ਦੇਣਾ ਹੀ ਨਹੀਂ ਮੈਂ ਤਾਂ ਹੁਣ ਦੇਣਾ ਹੀ ਨਹੀਂ ਜਦ ਪਤਾ ਕੀਤਾ ਗਿਆ ਉਸ ਦਿਨ ਇਹਨਾਂ ਦੇ ਬੈਂਕ ਵਿੱਚ 2 ਲੱਖ ਰੁਪਏ ਸੀ ਹਮ 2 ਲੱਖ ਰੁਪਏ ਬੈਂਕ ਵਿੱਚ ਹੈਗਾ 10 ਕਰੋੜ ਦਾ ਤੁਸੀਂ ਚੈੱਕ ਕਰ ਰਹੇ ਹੋ ਚੈੱਕ ਕੱਟ ਰਹੇ ਹੋ ਤੇ ਭੇਜ ਰਹੇ ਹੋ ਇਹ ਪਤਾ ਕਿਨੇ ਕੀਤਾ ਹਾਂਜੀ ਅਸੀਂ ਇਹਨਾਂ ਦੇ ਮੁੰਡੇ ਨਾਲ ਹੀ ਗੱਲ ਕੀਤੀ ਸੀ ਉਹਨੇ ਦੱਸਿਆ ਵੀ ਸਟੇਟਮੈਂਟ ਵੀ ਆਈ ਹੈ ਸਾਡੇ ਕੋਲ ਸਬੂਤ ਹੈਗਾ ਤੁਹਾਡੇ ਕੋਲ ਇਸ ਗੱਲ ਹਾਂ ਬਿਲਕੁਲ ਹੈਗਾ ਚੈੱਕ ਦੀ ਫੋਟੋ ਵੀ ਹੈਗੀ ਹੈ ਤੇ ਸਟੇਟਮੈਂਟ ਵੀ ਹੈਗੀ ਤੁਸੀਂ ਦੇਖ ਸਕਦੇ ਕਿ ਤੁਹਾਡੇ ਖਾਤੇ ਵਿੱਚ ਹੈਗਾ 2 ਲੱਖ ਰੁਪਿਆ ਜਾਂ 3 ਲੱਖ ਰੁਪਿਆ ਜਾਂ 5 ਲੱਖ ਰੁਪਿਆ ਤੇ ਤੁਸੀਂ ਚੈੱਕ ਕੱਟ ਰਹੇ ਹੋ 10 ਕਰੋੜ ਦਾ ਹੂੰ ਤਾਂ ਉਹ ਲੜਾਈ ਕਰਾਉਣ ਵਾਸਤੇ ਸੀ ਬਏ ਗ੍ਰੰਥੀ ਗ੍ਰੰਥੀ ਰਾਗੀ ਰਾਗੀ ਜਥੇਦਾਰ ਨਾਲ ਲੜਨ ਪਹਿਲਾਂ ਵੀ ਮਾਹੌਲ ਜਦੋਂ ਇਹ ਜਦੋਂ ਵੀ ਇਹ ਗਏ ਨੇ ਮਾਹੌਲ ਖਰਾਬ ਹੋਇਆ ਲੜਾਈ ਝਗੜਾ ਤੱਕ ਮਾਹੌਲ ਗਿਆ ਤੁਸੀਂ ਐਸੀ ਗੱਲ ਕਦੇ ਕੀਤੀ ਕਿ ਜਦੋਂ ਮਸਕੀਨ ਜੀ ਦੁਨੀਆ ਤੋਂ ਗਏ ਆ ਉਹਨਾਂ ਦੀ ਇੱਕ ਜੋਤ ਰੋਸ਼ਨੀ ਮੇਰੇ ਮੱਥੇ 'ਚ ਆਈ ਤੇ ਫਿਰ ਉਹ ਮੇਰੇ ਅੰਦਰ ਆ ਗਈ ਉਹਨਾਂ ਦੀ ਆਸ਼ੀਰਵਾਦ ਹੈ ਮੇਰੇ ਨਾਲ ਉਹਨਾਂ ਦਾ ਮੈਂ ਸੇਵਾਦਾਰ ਹਾਂ ਉਹਨੇ ਦਸਤਾਰ ਮੈਨੂੰ ਮਿਲੀ ਹੈ ਇਹ ਜੋਤ ਜਾਤ ਦੀ ਗੱਲ ਪਤਾ ਨਹੀਂ ਕੌਣ ਕਰਦਾ ਸਮਰਾਤ ਸਾਹਿਬ ਨੇ ਕੀਤੀ ਹੈ ਉਹ ਉਹਨਾਂ ਨੂੰ ਪੁੱਛੋ ਆਪਣੀ ਗੱਲ ਦਾ ਜਵਾਬ ਕਹਿੰਦੇ ਅਮਰੀਕਾ 'ਚ ਜੱਥੇਦਾਰ ਜੀ ਨੂੰ ਨਹੀਂ ਵੜਨ ਦਿੰਦੇ ਉਹ ਕਹਿੰਦੇ ਉੱਥੇ ਵੜ ਕੇ ਦਿਖਾਉਣ ਅਸੀਂ ਸਾਰੇ ਅਮਰੀਕਾ ਮੇਰਾ ਘਰ ਹੈਗਾ ਕਾਨਪੁਰ 'ਚ ਕਹਿੰਦੇ ਕਿ ਛੋਟੀਆਂ ਬੱਚੀਆਂ ਤੋਂ ਕਚਹਿਰੇ ਧਵਾਉਂਦੇ ਰਹੇ ਹੈ ਕਾਨਪੁਰ ਫੋਨ ਕਰ ਲਓ ਕਾਨਪੁਰ ਦਾ ਮੈਂ ਨੰਬਰ ਦੇ ਦੇਣਾ ਅਲਵਰ 'ਚ ਕਹਿੰਦੇ ਤੁਹਾਨੂੰ ਜਾਣ ਨਹੀਂ ਦਿੱਤਾ ਜਾਂਦਾ ਕਹਿੰਦੇ ਅਲਵਰ 'ਚ ਨਾਰਾਜ਼ ਨੇ ਸਾਰੇ ਤੁਹਾਡੇ ਨਾਲ ਕੋਈ ਨਾਰਾਜ਼ ਨਹੀਂ ਹੈ ਅਸੀਂ ਹਰ ਵਾਰ ਬਚਪਨ ਤੋਂ ਲੈ ਕੇ ਮਸਕੀਨ ਜੀ ਨਾਲ ਜਦੋਂ ਦੇ ਜੁੜੇ ਆ ਤੁਸੀਂ ਮਸਕੀਨ ਜੀ ਦੇ ਬੱਚਿਆਂ ਨੂੰ ਫੋਨ ਕਰ ਲਓ ਉਹਨਾਂ ਨੂੰ ਪੁੱਛ ਲਓ ਇਹ ਸਾਨੂੰ ਕਿਨੇ ਬੈਨ ਕੀਤਾ ਕੌਣ ਬੈਨ ਕਰ ਸਕਦਾ ਅਲਵਰ ਕੋਈ ਵੀਜ਼ਾ ਲੈ ਕੇ ਜਾਣਾ ਪੈਂਦਾ ਅਲਵਰ ਕੋਈ ਦੂਜਾ ਦੇਸ਼ ਹੈ ਅਲਵਰ ਤਾਂ ਸਾਡਾ ਘਰ ਹੈ ਹੂੰ ਅਮਰੀਕਾ ਸਾਡਾ ਘਰ ਹੈ ਸਾਡੀ ਬੇਟੀ ਉੱਥੇ ਹੈ ਉਹ ਗ੍ਰੀਨ ਆਪਣਾ ਸਿਟੀਜ਼ਨ ਨੇ ਉੱਥੋਂ ਦੇ ਸਾਨੂੰ ਕਿਵੇਂ ਅਮਰੀਕਾ ਰੋਕਿਆ ਮੈਂ ਵੱਧੋ ਨਹੀਂ ਤੁਰਿਆ ਫਿਰਦਾ ਕਿ ਮੈਂ ਐਵੇਂ ਤੁਰਿਆ ਫਿਰਾਂ ਜਾਵਾਂ ਮੈਂ ਜਦੋਂ ਮਰਜ਼ੀ ਆਪਣੇ ਬੱਚਿਆਂ ਕੋਲ ਜਾ ਸਕਦਾ ਕੈਨੇਡਾ ਵੀ ਮੇਰੇ ਬੱਚੇ ਨੇ ਅਮਰੀਕਾ ਵੀ ਮੇਰੇ ਬੱਚੇ ਦੋ ਬੱਚੇ ਸਾਡੇ ਕੈਨੇਡਾ ਵੈਲ ਸੈਟਲਡ ਨੇ ਅਮਰੀਕਾ ਸੈਟਲਡ ਨੇ ਸਾਨੂੰ ਕੋਈ ਰੁਕਾਵਟ ਨਹੀਂ ਕੀਤੀ ਹਾਂ ਇੱਕ ਦੂਜੇ ਦੇਸ਼ ਦਾ ਮੇਰੇ ਕੋਲ ਆਰ 1 ਵੀਜ਼ਾ ਰਿਹਾ ਆਰ 1 ਤਾਂ ਗ੍ਰੀਨ ਕਾਰਡ ਹੀ ਹੁੰਦਾ ਪਰ ਸਾਨੂੰ ਗੁਰੂ ਨੇ ਸੇਵਾ ਇੱਥੇ ਦੇਣੀ ਸੀ ਅਸੀਂ ਨਹੀਂ ਉੱਤੇ ਰਹੇ ਨਹੀਂ ਅਸੀਂ ਅਪਲਾਈ ਕੀਤਾ ਨਹੀਂ ਸਾਨੂੰ ਉਹ ਕਾਗਜ਼ ਨਹੀਂ ਅਸੀਂ ਅਪਲਾਈ ਕੀਤੇ ਜਿਹੜੇ ਸਾਰੇ ਲੋਕ ਕਰਦੇ ਨੇ ਬਾਕੀ ਕੋਈ ਕਿਸੇ ਤਰ੍ਹਾਂ ਦੀ ਮਮਾਨੀਤ ਸਾਨੂੰ ਨਹੀਂ ਹੈ ਨਾ ਕੋਈ ਇਨਸਟਰਕਸ਼ਨ ਹੈ ਮੈਂ ਤੁਹਾਨੂੰ ਆਰ 1 ਵੀਜ਼ੇ ਦੀ ਕਾਪੀ ਭੇਜ ਦੇਣਾ ਦੇਖ ਲਓ ਹਿਤ ਸਾਹਿਬ ਨਾਲ ਤੁਹਾਡੇ ਸਬੰਧ ਕਿਉਂ ਵਿਗੜੇ ਮੇਰੇ ਕੋਈ ਨਹੀਂ ਵਿਗੜੇ ਜਦੋਂ ਤੋਂ ਸਮਰਾਜੀ ਉੱਥੇ ਗਏ ਨੇ ਉਦੋਂ ਤੋਂ ਸਭ ਕੁਝ ਕਲੇਸ਼ ਉਦੋਂ ਤੋਂ ਹੀ ਹੈ ਦੁਨੀਆ ਛਾਲਾ ਕੀ ਉਹ ਨਹੀਂ ਰਹੇ ਚੰਗਾ ਤਾਂ ਨਹੀਂ ਲੱਗਦਾ ਹਾਂ ਨਹੀਂ ਪਰ ਕੀ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਪੈਸਿਆਂ ਨੂੰ ਲੈ ਕੇ ਗੱਲਬਾਤ ਹੋਈ ਉਹ ਗੱਲਬਾਤ ਹੋਈ ਸੀ ਅਸੀਂ ਉਹਦਾ ਜ਼ਿਕਰ ਵੀ ਕੀਤਾ ਸੀ ਪਰ ਹੁਣ ਅਸੀਂ ਉਹ ਜਦ ਸਰੀਰ ਕਰਕੇ ਹੀ ਨਹੀਂ ਰਹੇ ਤਾ ਫੇਰ ਅਸੀਂ ਉਹ ਜ਼ਿਕਰ ਕਰਦੇ ਚੰਗਾ ਨਹੀਂ ਲੱਗਦੇ ਹੁਣ ਵੀਡੀਓ ਉਹਨਾਂ ਨੇ ਤੁਹਾਡੇ ਹੱਕ 'ਚ ਪਹਿਲਾਂ ਪਾਈ ਫਿਰ ਉਹ ਖਿਲਾਫ ਹੋ ਗਏ ਤੁਹਾਡੇ ਹਾਂ ਉਹ ਹੱਕ 'ਚ ਹੱਕ 'ਚ ਹੀ ਰਹੇ ਨੇ ਪਰ ਜਦੋਂ ਗੱਲ ਆਈ ਮਾਇਆ ਦੀ ਗੱਲ ਆਈ ਫੇਰ ਉਹ ਥੋੜਾ ਵਿਰੋਧ ਹੋਇਆ ਪਰ ਜ਼ਿਆਦਾ ਵਿਰੋਧ ਉਹ ਤਾਂ ਬੋਲੇ ਜਦ ਸਮਰਾਜੀ ਉਹਨਾਂ ਨਾਲ ਮਿਲੇ 28 ਤਰੀਕ ਨੂੰ 28 ਜੁਲਾਈ ਨੂੰ ਸਮਰਾਜੀ ਉਹਨਾਂ ਦੇ ਘਰ ਸਨ ਫਿਰ ਸਮਰਾਜੀ ਨੇ ਇੱਕ ਵੀਡੀਓ 'ਚ ਬੋਲਿਆ ਕਿ 9 ਤਰੀਕ ਨੂੰ ਵੀ 10 ਨੂੰ ਉਹਨਾਂ ਦਾ ਚਲਾਣਾ ਹੋਇਆ ਕਿ 9 ਨੂੰ ਵੀ ਰਾਤੀ ਮੈਂ ਉੱਥੇ ਸੀ ਉਹਨਾਂ ਦੇ ਕੋਲ ਸੀ ਇਹ ਉਹਨਾਂ ਨੇ ਇੱਕ ਵੀਡੀਓ 'ਚ ਵੀ ਬੋਲਿਆ ਜੱਥੇਦਾਰ ਜੀ ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇੰਟਰਵਿਊ ਦੇ ਰਹੇ ਹੋ ਕਿ ਤਖਸਬਾਨਾਂ ਦੇ ਜੱਥੇਦਾਰਾਂ ਨੂੰ ਕਿਤੇ ਮਾਇਆ ਪਿੱਟਾ ਅੱਗੇ ਵੀ ਦੇਣੀ ਪੈਂਦੀ ਹੈ ਅੱਗੇ ਕਿਤੇ ਕਿਸੇ ਹੋਰ ਨੂੰ ਕਮੇਟੀ ਨੂੰ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਹੀਂ ਐਸਾ ਕੁਝ ਨਹੀਂ ਹੈ ਐਸਾ ਕੋਈ ਵਿਧਾਨ ਨਹੀਂ ਹੈ ਐਸੀ ਕੋਈ ਗੱਲਬਾਤ ਨਹੀਂ ਹੈ ਕੋਈ ਪ੍ਰੈਸ਼ਰ ਹੁੰਦਾ ਤੁਹਾਡੇ ਤੇ ਨਾ ਇਸ ਤਰ੍ਹਾਂ ਦਾ ਕੁਝ ਨਹੀਂ ਤੁਹਾਡੇ ਤੇ ਕੋਈ ਪ੍ਰੈਸ਼ਰ ਸੀ ਮੇਰੇ ਤੇ ਹਾਂ ਮੈਂ ਉਹਦਾ ਜ਼ਿਕਰ ਕਰ ਚੁੱਕਾ ਪਰ ਮੈਂ ਹੁਣ ਜਦ ਉਹ ਨਹੀਂ ਰਹੇ ਤਾਂ ਮੈਂ ਫਿਰ ਦੁਬਾਰੇ ਉਹ ਜ਼ਿਕਰ ਨਹੀਂ ਕਰਨਾ ਚਾਹੁੰਦਾ ਪੈਸੇ ਦੇਣ ਦਾ ਪ੍ਰੈਸ਼ਰ ਹਾਂ ਉਹ ਸੀਗਾ ਵੀ ਸਾਨੂੰ ਇਕੱਠਾ ਕਰਕੇ ਦਿਓ ਹਾਂ ਉਹ ਸੀਗਾ ਪਰ ਅਸੀਂ ਉਹਦੇ ਬਾਰੇ ਹੁਣ ਗੱਲ ਨਹੀਂ ਕਰਨਾ ਚਾਹੁੰਦੇ ਬਾਕੀ ਜਥੇਦਾਰਾਂ ਤੇ ਵੀ ਇਹ ਪ੍ਰੈਸ਼ਰ ਹੁੰਦਾ ਬਾਕੀਆਂ ਦਾ ਮੈਂ ਨਹੀਂ ਕਹਿ ਸਕਦਾ ਬਾਕੀਆਂ ਦਾ ਮੈਂ ਨਹੀਂ ਕਹਿ ਸਕਦਾ ਮੇਰੇ ਤੇ ਸੀ ਜਿਹੜਾ ਉਹ ਮੈਂ ਗੱਲ ਕਰ ਚੁੱਕਾ ਜਦੋਂ ਹੁਣ ਸਤਕਾਰਯੋਗ ਪ੍ਰਧਾਨ ਜੀ ਸਾਡੇ ਸ਼ਰੀਰ ਕਰ ਕਿੰਨੀ ਕਮਾਇਆ ਸੀ ਉਹ ਕਿੰਨੀ ਕਮਾਇਆ ਦਾ ਪ੍ਰੈਸ਼ਰ ਹੁੰਦਾ ਗੱਲ ਇਹ ਹੈ ਜਦੋਂ ਕੋਈ ਬੰਦਾ ਲੋਭ ਲਾਲਚ ਵਿੱਚ ਆ ਗਿਆ ਫਿਰ ਕੋਈ ਸੀਮਾ ਨਹੀਂ ਹੁੰਦੀ ਉਹ 100 ਵੀ ਹੋ ਸਕਦਾ ਹੈ ਉਹ ਲੱਖ ਵੀ ਹੋ ਸਕਦਾ ਉਹ ਵੱਧ ਵੀ ਹੋ ਸਕਦਾ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਔਰ ਜਿਸ ਪਦਵੀ ਤੇ ਬਿਠਾਇਆ ਹੈ ਉਥੋਂ ਤੱਕ ਸੀਮਤ ਰਹਿਣਾ ਚਾਹੀਦਾ ਸੀ ਮਾਇਆ ਵੱਲ ਨਹੀਂ ਜਾਣਾ ਚਾਹੀਦਾ ਸੀ ਦੇਖੋ ਗੱਲ ਇਹ ਮੈਨੂੰ ਜੇ ਕੋਈ ਪਟਨਾ ਸਾਹਿਬ ਆਸਤੇ ਪੰਜਾਬ ਤੋਂ ਜਾਂ ਕਿਤੇ ਹੋਰ ਸੰਗਤ ਮਾਇਆ ਦਿੰਦੀ ਹੈ ਤਾਂ ਮੈਂ ਉਹਨਾਂ ਨੂੰ ਪਹਿਲਾਂ ਕਹਿਣਾ ਵੀ ਤੁਸੀਂ ਔਨਲਾਈਨ ਜਮ੍ਹਾਂ ਕਰਾਓ ਪ੍ਰਧਾਨ ਜੀ ਦੇ ਆਪਣੇ ਬਿਆਨ ਨੇ ਇੱਕ ਵਾਰੀ ਉਹਨਾਂ ਨੇ 35 ਕਰੋੜ ਕਿਹਾ ਇੱਕ ਵਾਰੀ ਉਹਨਾਂ ਨੇ 40 ਕਿਹਾ ਇੱਕ ਵਾਰੀ 50 ਕਿਹਾ ਹੂੰ ਸਾਡੇ ਜਾਣ ਤੋਂ ਉੱਥੇ ਲੰਗਰ ਦਾ ਨਿਰਮਾਣ ਹੋਇਆ ਵੱਡੀਆਂ ਜਿਹੜੀਆਂ ਨੇ ਆਟੋਮੈਟਿਕ ਮਸ਼ੀਨਾਂ ਲੱਗੀਆਂ ਦੀਵਾਨ ਹਾਲ ਕੰਪਲੀਟ ਹੋਇਆ ਰਾਜਗੀਰ ਕੋਈ 35 ਕਮਰੇ ਕੰਪਲੀਟ ਹੋਏ ਨੇ ਭਾਵੇਂ ਉਹ ਮਹਾਪੁਰ ਸੇਵਾ ਕਰ ਰਹੇ ਨੇ ਪਰ ਉਹਦੇ ਚ ਬਹੁਤ ਵੱਡਾ ਸਰਮਾਇਆ ਤਖਸਾਬ ਦਾ ਹੂੰ ਸਾਰੇ ਬਹੁਤ ਜਗ੍ਹਾ ਕਰੋਨਾ ਵਿੱਚ ਸਟਾਫਾਂ ਦੀਆਂ ਤਨਖਾਹਾਂ ਆਦੀਆਂ ਹੋਈਆਂ ਕਈ ਜਗ੍ਹਾ ਸਟਾਫਾਂ ਦੀ ਛਟਨੀ ਹੋਈ ਪਰ ਮੈਂ ਪ੍ਰਬੰਧਕਾਂ ਨੂੰ ਕਿਹਾ ਵੀ ਆਸੀਂ ਨਹੀਂ ਇੱਥੇ ਕਰਨਾ ਸਾਰਿਆਂ ਨੂੰ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ ਉਹਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨਾਲ ਮੈਂ ਗੱਲ ਕਰਕੇ ਤੇ ਹੋਰ ਸੱਜਣਾ ਨਾਲ ਗੱਲ ਕਰਕੇ ਦੋ ਚਾਰ ਵਾਰੀ ਉੱਥੇ ਰਾਸ਼ਨ ਵੀ ਸਾਰਿਆਂ ਨੂੰ ਵੰਡਿਆ ਗਿਆ ਨਗਦ ਪੈਸੇ ਵੰਡੇ ਗਏ ਅਖੰਡ ਪਾਠ ਬੰਦ ਹੋ ਗਏ ਸਨ ਕੋਈ 60 ਦੇ ਕਰੀਬ ਉੱਥੇ ਪਾਠੀ ਸਿੰਘ ਨੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ ਉਹਨਾਂ ਵਾਸਤੇ ਵੀ ਮਾਇਆ ਬਾਹਰੋਂ ਆਈ ਸੰਗਤਾਂ ਨੇ ਭੇਜੀ ਉਹ ਵੀ ਉੱਥੇ ਵੰਡੀ ਗਈ ਸਭ ਦਾ ਜਿੰਨਾ ਅਸੀਂ ਵੱਧ ਤੋਂ ਵੱਧ ਅਸੀਂ ਆਪਣਾ ਫਰਜ਼ ਪੂਰਾ ਕੀਤਾ ਔਰ ਫਰਜ਼ ਬਣਦਾ ਵੀ ਹੈ ਜਦ ਮਨੁੱਖ ਜਦ ਸਮਾ ਬਿਪਤਾ ਦਾ ਹੋਵੇ ਤੇ ਜਿਹੜਾ ਮੁਖੀ ਹੁੰਦਾ ਉਹਦਾ ਫਰਜ਼ ਬਣਦਾ ਅਸੀਂ ਆਪਣੇ ਪਰਿਵਾਰ ਦੇ ਮੁਖੀਆਂ ਪਰਿਵਾਰ ਲਈ ਵੀ ਤਾਂ ਕਰਦੇ ਹਾਂ ਹੂੰ ਤੇ ਇਸ ਲਈ ਉਹਨਾਂ ਨਾਲ ਉਹਨਾਂ ਨਾਲ ਉਹਨਾਂ ਲਈ ਕਰਨਾ ਸਾਡਾ ਮੇਰਾ ਆਪਣਾ ਫਰਜ਼ ਬਣਦਾ ਬਾਕੀ ਕਿਸੇ ਕੋਲੋਂ ਪੈਸੇ ਮੰਗੇ ਨਹੀਂ ਕੋਈ ਕਹਿ ਦੇਵੇ ਕਿ ਸਾਡੇ ਕੋਲ ਮੰਗੇ ਨੇ ਤਾਂ ਅੱਜ ਸਾਰੀ ਦੁਨੀਆ ਸੁਣ ਰਹੀ ਹੈ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਸੁਣ ਰਹੀ ਹੈ ਕੋਈ ਕਹਿ ਦੇਵੇ ਕਿ ਸਾਡੇ ਕੋਲ ਪੈਸੇ ਮੰਗੇ ਨੇ ਯਾ ਸਾਨੂੰ ਅਸੀਂ ਦਿੱਤੇ ਨੇ ਤੇ ਰਸੀਦ ਨਹੀਂ ਮਿਲੀ ਕੁਝ ਲੋਕ ਹੈ ਨਾ ਜਿਹੜੇ ਕੈਸ਼ ਦਿੰਦੇ ਨੇ ਉਹ ਨਾਲੋਂ ਨਾਲ ਜਮਾ ਹੁੰਦਾ ਰਿਹਾ ਮੇਰੇ ਕੋਲ ਇੰਨੀਆਂ ਰਸੀਦਾਂ ਅਜੇ ਵੀ ਪਈਆਂ ਨੇ ਹਮ ਮੇਰੇ ਖਿਆਲ 2-3 ਕਰੋੜ ਦੀਆਂ ਰਸੀਦਾਂ ਮੇਰੇ ਕੋਲ ਹੋਣਗੀਆਂ ਹਮ ਜਿਹੜਾ ਸੰਗਤਾਂ ਵੱਲੋਂ ਮਾਇਆ ਆਈ ਹੈ ਤੇ ਤੇ ਜਮਾ ਹੋ ਰਹੀ ਇੱਕ ਪਰਿਵਾਰ ਮੈਨੂੰ ਮਿਲਿਆ ਦਿੱਲੀ ਉਹਨਾਂ ਕਹਿੰਿਆ ਵੀ ਸਾਡੇ ਬਜ਼ੁਰਗ ਸਨ ਉਹ ਕਹਿੰਦੇ ਵੀ ਸਾਡੇ ਕੋਲ ਸਾਰੀ ਉਮਰ ਦੀ ਜਿਹੜੀ ਮਿਹਨਤ ਸੀ ਕਮਾਈ ਹੈਗੀ ਹੈ ਉਹ ਅਸੀਂ ਤੁਹਾਨੂੰ ਭੇਟਾ ਕਰਦੇ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਤਖਤ ਸਾਹਿਬ ਨੂੰ ਚੱਕ ਦੇ ਦਿਓ 55 ਲੱਖ ਰੁਪਇਆ ਉਹਨਾਂ ਨੇ ਪ੍ਰਬੰਧਕਾਂ ਨੂੰ ਤਾਂ ਨਹੀਂ ਪਤਾ ਵੀ ਸਾਨੂੰ ਕੋਈ ਕਹਿ ਰਿਹਾ ਤੁਹਾਨੂੰ ਤਾਂ ਨਹੀਂ ਪਤਾ ਵੀ ਸਾਨੂੰ ਕੋਈ ਕਹਿ ਰਿਹਾ ਸਾਨੂੰ ਪਤਾ ਹੀ ਆ ਸਾਡੇ ਗੁਰੂ ਨੂੰ ਗੁਰੂ ਨੂੰ ਤਾਂ ਪਤਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ 55 ਲੱਖ ਰੁਪਇਆ ਤਖਤ ਸਾਹਿਬ ਜਮ੍ਹਾਂ ਕਰਾਓ ਉਹਨਾਂ ਜਮ੍ਹਾਂ ਕਰਾਇਆ ਬੜੇ ਖੁਸ਼ ਹੋਏ ਸਾਡੀ ਵੀ ਖੁਸ਼ੀ ਹੈ ਤਖਤ ਸਾਹਿਬ ਦਾ ਇੱਕ ਕੋਈ 150 ਰੁਪਇਆ ਅਗਰ ਤਖਤ ਸਾਹਿਬ ਕੋਈ ਭੇਟਾ ਕਰਦਾ ਐਸੀ ਉਹਨੂੰ ਸਰਉਪਾਓ ਦਿੰਨੇ ਤੋ ਜਿਹੜਾ ਬੰਦਾ ਕਹਿ ਰਿਹਾ ਵੀ ਕਰੋੜਾ ਰੁਪਏ ਦਾ ਸੋਨਾ ਦੇ ਰਿਆਂ ਕਰੋੜਾ ਰੁਪਏ ਦੇ ਚੈੱਕ ਦੇ ਰਿਆਂ ਤੇ ਉਹਨੂੰ ਸਨਮਾਨਿਤ ਕਰਨਾ ਤਾਂ ਸਾਡਾ ਫਰਜ਼ ਹੀ ਹੈ ਕੋਈ ਕਮੀ ਰਹਿ ਗਈ ਜਥੇਦਾਰ ਜੀ ਸੇਵਾ 'ਚ ਕੋਈ ਗਲਤੀ ਰਹਿ ਗਈ ਤੁਹਾਨੂੰ ਲੱਗਦਾ ਜਿਥੇ ਇਸ ਪੋਜੀਸ਼ਨ 'ਚ ਬਹਿ ਕੇ ਸਫਾਈ ਦੇਣੀ ਪੈ ਰਹੀ ਹੈ ਦੇਖੋ ਜੀ ਗਲਤੀਆਂ ਤਾਂ ਮਨੁੱਖ ਹਾਈ ਗਲਤੀਆਂ ਦਾ ਪਤਲਾ ਇਹ ਸਤਿਗੁਰੂ ਦੀ ਸੇਵਾ ਵੱਲ ਦੇਖੀਏ ਬਹੁਤ ਉੱਚੀ ਹੈ ਬਹੁਤ ਉੱਚੀ ਹੈ ਅਸੀਂ ਇੱਕ ਆਮ ਮਨੁੱਖ ਆਮ ਜੀਵ ਆ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਅਸੀਂ ਪੂਰੇ ਆ ਪੂਰਾ ਤਾਂ ਗੁਰੂ ਹੀ ਹੈ ਇਸ ਲਈ ਗਲਤੀ ਦੀ ਗੁੰਜਾਇਸ਼ ਕਿਦਰੇ ਵੀ ਹੁੰਦੀ ਹੈ ਔਰ ਗਲਤੀ ਦੀ ਗੁਰੂ ਮਾਫੀ ਵੀ ਦਿੰਦਾ ਹੈ ਪਰ ਜਿਹੜਾ ਆ ਹੈਗਾ ਇਹ ਪੈਸੇ ਲੈ ਲੈ ਅਵਰਸ਼ਨ ਕਰਾ ਦਿੱਤਾ ਇਹ ਬਹੁਤ ਨੀਚ ਗੱਲਾਂ ਨੇ ਇਹਨਾਂ ਨਾਲ ਸਾਡਾ ਇੱਕ ਰਤੀ ਪਰਵੀ ਰਤੀ ਦਾ 100ਵਾਂ ਹਿੱਸਾ ਵੀ ਸਾਡਾ ਕੋਈ ਸਬੰਧ ਨਹੀਂ ਹਸਤੀਫਾ ਦਿਓਗੇ ਹਸਤੀਫਾ ਕਿਸ ਲਈ ਦੇਵਾਂਗੇ ਨਹੀਂ ਦੇਵਾਂਗੇ ਅਸੀਂ ਛੁੱਟੀ ਲਈ ਹੋਈ ਹੈ ਅਸੀਂ ਆਪਣਾ ਯਤਨ ਕਰ ਰਹੇ ਹਾਂ ਵੀ ਜੋ-ਜੋ ਸਾਡੇ ਤੇ ਨਾਂ ਇਲਜ਼ਾਮ ਲਾਏ ਨੇ ਉਹ ਪੰਜਾਂ ਪਿਆਰਿਆਂ ਦੇ ਸਾਹਮਣੇ ਵੀ ਅਸੀਂ ਕਾਗਜ਼ਾਤ ਪਹਿਲਾਂ ਹੀ ਉਹ ਅਗਰ ਮੰਨ ਲੈਂਦੇ ਪਹਿਲਾਂ ਹੀ ਸੁਣ ਲੈਂਦੇ ਤਾਂ ਉੱਥੇ ਕਲੀਅਰ ਹੋ ਜਾਣਾ ਸੀ ਕਾਨੂੰਨਾਂ ਨਾਲ ਲੜਾਈ ਸੋਚ ਰਹੇ ਹੋ ਕਾਨੂੰਨਾਂ ਨਾਲ ਲੜਾਈ ਦਾ ਤਾਂ ਮੇਰੇ ਖਿਆਲ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਵੀ ਕਾਨੂੰਨਾਂ ਨਾਲ ਲੜਾਈ ਕਰੀ ਅਸੀਂ ਸਾਰੀ ਕੌਮ ਨੂੰ ਦੱਸਾਂਗੇ ਸਾਰੇ ਗੁਰਸਿੱਖ ਬੁੱਧੀਜੀਵਾਂ ਨੂੰ ਦੱਸਾਂਗੇ ਗੁਰੂ ਪੰਥ ਦੇ ਬੁੱਧੀਜੀਵਾਂ ਉਹਨਾਂ ਨੂੰ ਪ੍ਰਾਰਥਨਾ ਕਰਾਂਗੇ ਕਿ ਤੁਸੀਂ ਦੱਸੋ ਵੀ ਕਾਇਮ ਮਕਾਮ ਜਥੇਦਾਰ ਨੂੰ ਬੁਲਾਇਆ ਜਾ ਸਕਦਾ ਉਹਦੇ باوجود ਵੀ ਅਸੀਂ ਨਿਮਰਤਾ ਪ੍ਰਗਟ ਕਰਦੇ ਉਹਨਾਂ ਕੋਲ ਗਏ ਵੀ ਉਹਨਾਂ ਕਹਿਆ ਜੀ 30 ਸਕੰਡ ਮੈਨੂੰ ਉਹਨਾਂ ਨੇ ਦਿੱਤੇ ਹੋਣਗੇ ਸਿਰਫ 30 ਸਕੰਡ ਨਾਟ ਮੋਰ ਦੈਨ 30 ਸਕੰਡ ਔਰ ਉਹ ਵੀ ਕੀਰਤਨ ਦੇ ਵਿੱਚ ਕੀਰਤਨ ਹੋ ਰਿਹਾ ਤੇ ਉੱਥੇ ਖਲੋ ਕੇ 30 ਸਕੰਡ ਉਹਨਾਂ ਕੀ ਸੁਣ ਲਿਆ ਮੇਰੇ ਕੋਲ ਕੀ ਮੈਨੂੰ ਦੱਸਤਾ ਉਹਨਾਂ ਕਹਿਆ ਤੁਸੀਂ ਜਾਓ ਜਲਪਾਣੀ ਛਕੋ ਲੰਗਰ ਪਾਣੀ ਛਕੋ ਤੋਂ ਅਨੁਛੇ 2 ਘੰਟੇ ਬਾਅਦ ਫੇਰ ਬੁਲਾ ਲਾਂਗੇ ਤੇ ਮੈਨੂੰ ਬੁਲਾਇਆ ਨਹੀਂ ਨਾ ਬੁਲਾਇਆ ਨਹੀਂ ਐਸੇ ਗੱਲ ਦਾ ਦੁੱਖ ਹੈ ਫੈਸਲਾ ਸੁਣਾ ਦਿੰਦਾ ਇਹ ਤਨਖਾਹਿਆ ਕਰਾਰ ਦਿੰਦਾ ਤੇ ਦੋਸ਼ ਕੀ ਲਾਏ ਐ ਉਹਨੂੰ ਹੁਕਮਨਾਮਾ ਕਿਉਂ ਦਿੱਤਾ ਬਈ ਹੁਕਮਨਾਮਾ ਉਹਨੂੰ ਦਿੱਤਾ ਅਨਨ ਸੇਵਕ ਦਾ ਇਹ ਗਲਤੀ ਲਾਈ ਇੱਕ ਕਿਹਾ ਜੀ ਮਾਇਆ ਖੁਰਦਬੁਰਦ ਮਾਇਆ ਦਾ ਮਤਲਬ ਦੁਰਪਯੋਗ ਕੀਤਾ ਇੱਕ ਉਹਨਾਂ ਨੇ ਇੱਕ ਹੋਰ ਚੀਜ਼ ਸੀ ਪਤਾ ਨਹੀਂ ਕਿਹੜੀ ਆਹਾਂ ਪੰਜਾਂ ਪਿਆਰਿਆਂ ਨੂੰ ਇਹਨਾਂ ਨੇ ਮੈਨੇਜ ਕਰਨਾ ਚਾਹਿਆ ਮੈਂ ਪੰਜ ਪਿਆਰਾਂ ਮਿਲਿਆ ਹੀ ਨਹੀਂ ਉਸ ਤੋਂ ਪਹਿਲਾਂ ਮੈਂ ਉਸੇ ਦਿਨ ਹੀ ਮਿਲਿਆ ਕਿਵੇਂ ਮੈਨੇਜ ਕਰਨਾ ਹੈ ਕਿਵੇਂ ਗੱਲ ਕਰਨੀ ਹੈ ਹਾਂ ਪ੍ਰਬੰਧਕਾਂ ਵਿੱਚ ਜੇ ਸਾਡੇ ਕੋਲ ਪ੍ਰਬੰਧ ਹੈ ਅਸੀਂ ਪ੍ਰਬੰਧ ਦੇ ਵਿੱਚ ਅਸੀਂ ਜ਼ਿਕਰ ਕਰ ਸਕਦੇ ਹਾਂ ਕਿ ਫਲਾਣੇ ਬੰਦੇ ਦੀ ਡਿਊਟੀ ਫਲਾਣੇ ਤੋਂ ਲਈ ਜਾਏ ਫਲਾਣੇ ਤੋਂ ਲਈ ਜਾਏ ਸਾਡਾ ਜ਼ਿੰਮੇਵਾਰੀ ਹੈ ਹੂੰ ਉਹ ਤਾਂ ਅਸੀਂ ਪ੍ਰਬੰਧ ਨਾਲ ਬਾਹਰ ਲੋਕਾਂ ਨਾਲ ਤਾਂ ਨਹੀਂ ਕਰ ਰਹੇ ਅਸੀਂ ਪ੍ਰਬੰਧ ਨਾਲ ਗੱਲ ਕਰ ਰਹੇ ਹੁਣ ਤੁਸੀਂ ਜਥੇਦਾਰ ਕਾਲ ਤਖਤ ਨੂੰ ਅਪੀਲ ਕੀਤੀ ਹੈ ਇਹਦੇ ਬਾਰੇ ਹਾਂਜੀ ਉਹਨਾਂ ਨੂੰ ਅਸੀਂ ਲਿਖ ਕੇ ਭੇਜਿਆ ਹੋਰ ਵੀ ਸੰਸਥਾਵਾਂ ਨੂੰ ਅਸੀਂ ਚੀਪ ਖਾਲਸਾ ਦੀਵਾਨ ਹੈ ਔਰ ਸੰਸਥਾਵਾਂ ਨੇ ਜਿਹੜੀਆਂ ਪੰਥ ਦੀਆਂ ਵੱਡੀਆਂ ਐਸਡੀਪੀਸੀ ਹੈ ਦਿੱਲੀ ਕਮੇਟੀ ਹੈ ਹਜ਼ੂਰ ਸਾਹਿਬ ਹੈ ਸਾਰੇ ਤਖਤਾਂ ਨੂੰ ਅਸੀਂ ਭੇਜਿਆ ਹੋਇਆ ਬਹੁਤ ਧੰਨਵਾਦ ਜਥੇਦਾਰ ਜੀ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਧੰਨਵਾਦ ਤੁਹਾਡਾ ਜਾਂ ਗੁਰੂ ਦਾ ਗੁਰੂ ਕਰੇ ਇਹ ਜਿਹੜਾ ਵਿਵਾਦ ਬਣਿਆ ਹੈ ਆਪਣੇ ਵਿੱਚ ਹਮ ਪੱਖ ਕਲੀਅਰ ਕਰਨ ਦਾ ਮੌਕਾ ਦੇਣਾ ਚਾਹੀਦਾ ਹਮ ਜੇ ਦੁਨੀਆ ਦੀ ਕੋਈ ਅਦਾਲਤ ਨਹੀਂ ਹੈ ਜਿੱਥੇ ਜੇ ਕੋਈ ਮੁਜ਼ਰਮ ਵੀ ਹੈ ਤਾਂ ਉਹਦਾ ਵੀ ਪੱਖ ਸੁਣਿਆ ਜਾਂਦਾ ਤੇ ਜੇ ਗੁਰੂ ਪਾਤਸ਼ਾਹ ਦੀ ਅਦਾਲਤ ਹੈ ਤੁਹਾਨੂੰ ਕਿਸੇ ਨੂੰ ਮਾਣ ਮਿਲਿਆ ਪੰਜ ਪਿਆਰਾ ਹੋਣ ਦਾ ਗੁਰੰਤੀ ਹੋਣ ਦਾ ਤਖਤ ਸਾਹਿਬ ਦਾ ਸੇਵਕ ਹੋਣ ਦਾ ਤੇ ਤੁਸੀਂ ਇੱਕ ਸੇਵਾਦਾਰ ਸਰਵੋੱਚ ਪਦਵੀ ਤੇ ਬੈਠਾ ਤੁਸੀਂ ਉਹਦਾ ਪੱਖ ਵੀ ਨਾ ਸੁਣੋ ਹੂੰ ਤੇ ਇਹ ਇਹ ਦੋਸ਼ ਹੈ ਕਿ ਨਹੀਂ ਹੈ ਇਹ ਗੁਨਾਹ ਹੈ ਕਿ ਨਹੀਂ ਹੈ ਕਿਉਂ ਨਹੀਂ ਪੱਖ ਸੁਣਿਆਗੇ ਦੇਖੋ ਕਾਗਜ਼ਾਂ ਨੇ ਦਿੱਤੇ ਸੀ ਮੈਨੂੰ ਦਿਖਾਉਂਦੇ ਮੈਂ ਕਹਿੰਦਾ ਵੀ ਇਹ ਠੀਕ ਨਾ ਉਹਦੀ ਜਾਂਚ ਪੜਤਾਲ ਹੁੰਦੀ ਹੂੰ ਇਹ ਤਾਂ ਨਹੀਂ ਬਈ ਤੁਸੀਂ ਪਟਨਾ ਸਾਹਿਬ ਦਾ ਆਪਣਾ ਹੁਕਮਨਾਮਾ ਹੈ ਬਈ 40 ਸਾਲ ਤੋਂ ਕੱਟਦਾ ਬੰਦਾ ਪੰਡ ਪਿਆਰਾਂ ਚ ਨਹੀਂ ਲੱਗ ਸਕਦਾ ਅਨਮਚੁਰ ਫੈਸਲੇ ਹੁੰਦੇ ਇਹ ਅਨਮਚੁਰ ਫੈਸਲਾ ਇਮਚੁਰ ਫੈਸਲਾ ਨਹੀਂ ਹੈ ਹੂੰ ਫਿਰ ਉਹਦੇ ਵਿੱਚ ਐ ਵੀ ਕੋਈ ਅੰਘੇਣ ਨਾ ਹੋਵੇ ਜਿਹੜੇ ਸਾਡੇ ਪੰਜ ਪੈਰਾਂ ਦੀ ਮਰਿਆਦਾ ਹੈਗੀ ਚਲੋ ਜੇ ਉਹਨਾਂ ਨੇ ਫੈਸਲਾ ਕੀਤਾ ਹੈਗਾ ਉਸ ਤੇ ਫਿਰ ਵਿਚਾਰ ਕਰਨ ਅਸੀਂ ਫਿਰ ਉਹਨਾਂ ਨੂੰ ਕਹਾਂਗੇ ਕਿ ਦੁਬਾਰੇ ਵਿਚਾਰ ਕਰੋ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਬਾਈ ਗੁਰਜੀ ਦਾ ਖਾਲਸਾ ਬਾਈ ਖਾਲਸਾ ਇਸ ਪੇਸ਼ਕਸ਼ ਚ ਇੰਨਾ ਹੀ ਸੰਗਤ ਨੇ ਫੈਸਲਾ ਕਰਨਾ ਹੈ ਸੱਚ ਤੇ ਝੂਠ ਦਾ ਨਤਾਰਾ ਗੁਰੂ ਸਾਹਿਬ ਨੇ ਕਰਨਾ ਹੈ ਗੁਰੂ ਸਾਹਿਬ ਇਸ ਦਾ ਫੈਸਲਾ ਆਪ ਕਰਨਗੇ ਇਸ ਸਪੈਸਕਸ ਚੇਨਈ ਜਾਸਤ ਦੇਉ ਧੰਨਵਾਦ